ਭੇਜਦੇ ਹੋ 10 ਬੋਰੀਆਂ ਸੀਮੈਂਟ ਦੀਆਂ ਹੋਰ ਭੇਜਦੇ ਹੋ ਜਨਾਬ, ਉਹ ਖਾਤੇ 'ਚ ਲੈ ਲੈਣਾ, ਮਿਲਾਂਗਾ ਤਾਂ ਕਲੀਅਰ ਕਰ ਦਿਆਂਗਾ। ਆ ਚਲੋ ਠੀਕ ਹੈ, ਅੱਲਾ ਹਾਫਿਜ਼। ਯਾ ਅੱਲਾ, ਇਹਨਾਂ ਮਿਸਤਰੀਆਂ ਕੋਲ ਮੇਰੀ ਜਾਨ ਛੁਡਾ ਦੇ। ਇੱਕ ਹਫ਼ਤੇ ਲਈ ਘਰ ਕੰਮ ਕਰਨ ਆਏ ਸਨ, ਅੱਜ 7 ਮਹੀਨੇ ਹੋ ਗਏ ਘਰੋਂ ਨਿਕਲਣ ਦਾ ਨਾਂ ਨਹੀਂ ਲੈ ਰਹੇ। ਜਿੰਨੀ ਮੇਰੀ ਪੈਨਸ਼ਨ ਸੀ ਸਾਰੀ ਮਿਸਤਰੀਆਂ ਨੇ ਮਕਾਨ 'ਤੇ ਲਵਾ ਦਿੱਤੀ। ਹੋਰ ਅਤੇ ਹੋਰ, ਮੇਰੇ ਬੀਵੀ ਦੀ ਕਮੇਟੀ ਨਿਕਲੀ ਸੀ, ਉਹ ਵੀ ਮੈਂ ਇਹਨਾਂ ਨੂੰ ਦੇ ਬੈਠਾ। ਘਰ 'ਚ ਹਰ ਵੇਲੇ ਲੜਾਈ ਪਈ ਰਹਿੰਦੀ। ਸਹੀ ਕਹਿੰਦੇ ਨੇ, ਮਿਸਤਰੀ ਜਿਸ ਘਰ 'ਚ ਵੜ ਜਾਣ ਇਹ ਨਹੀਂ ਛੇਤੀ ਨਿਕਲਦੇ। ਤੇਰਾ ਖਾਨਾ ਖਰਾਬ, ਤੇਰਾ ਸੱਤਿਆਨਾਸ, ਅਰੇ ਮੈਂ ਤੇਰੇ ਪਿਛਲਿਆਂ ਦਾ ਕੱਖ ਨਾ। ਆ ਤੂੰ ਕਿੱਥੇ ਮੇਰੇ ਮਗਰ ਚੰਬੜੀ ਦਾ ਲੈ ਕਿਉਂ ਨਹੀਂ ਜਾਂਦਾ ਮਗਰ? ਆ ਕੀ ਖਾ ਪਈ ਐ ਸਵੇਰੇ ਸਵੇਰੇ? ਮੈਂ ਖਾ ਪਈ ਕਿ ਤੂੰ ਪਾਈ ਹੋਈ ਏ? ਮੈਂ ਕੀ ਕਿਹਾ ਤੈਨੂੰ? ਇਹ ਮੇਰੀ ਕਮੇਟੀ ਲਾ ਕੇ ਲੈ ਕੇ ਬਹਿ ਗਏ ਨਾ, ਪਰਵਈਆਂ ਨੂੰ ਦੇ ਦਿੱਤੀ ਉਹ। ਮੈਂ ਆਪਣੇ ਭੈਣ ਦੇ ਪਰਵਈਏ ਕੋਲ ਪੈਸੇ ਲੈਣ ਨੂੰ ਉਤਾਰੇ, ਉਹ ਵੀ ਇਹਨਾਂ ਨੂੰ ਦੇ ਦਿੱਤੇ। ਕਦੋਂ ਕੱਢਣਾ ਇਹਨਾਂ ਨੂੰ? ਉਹ ਤੂੰ ਹੀ ਕਹਿ ਰਹੀ ਸੀ ਮਿਸਤਰੀ ਲਾਓ, ਘਰ ਦਾ ਮੂੰਹ ਮੱਥਾ ਬਣਾਓ। ਇਹ ਯਾਰ ਕਿ ਤੈਨੂੰ ਮੈਂ ਬੁਰਾ ਕਿਹਾ ਸੀ ਕਿ ਘਰ ਦੇ ਨਾ ਉਹ ਕਰਵਾ ਦੂਸਰਾ ਬਾਥਰੂਮ, ਕੋਈ ਰਿਸ਼ਤੇਦਾਰ ਆਉਂਦਾ ਜਾਂਦਾ, ਕੋਈ ਮਹਿਮਾਨ ਆਉਂਦਾ ਜਾਂਦਾ, ਕੀ ਕਰੇਗਾ ਤੈਨੂੰ? ਇੱਕ ਹਫ਼ਤੇ ਦਾ ਕੰਮ ਸੀ, 7 ਮਹੀਨੇ ਹੋ ਗਏ ਘਰੋਂ ਨਹੀਂ ਨਿਕਲਣ ਦੇ। ਕੱਢਿਆ ਕੱਢ, ਹੁਣ ਕਿਉਂ ਨਹੀਂ ਨਿਕਲਦੇ? ਅਸਲ ਤੈਨੂੰ ਜਦੋਂ ਦਾ ਤੇਰੇ ਨਾਲ ਵਿਆਹ ਹੋਇਆ ਨਾ, ਉਦੋਂ ਦਾ ਮੇਰਾ ਬੇੜਾ ਹੀ ਗਰਕ ਹੋ ਗਿਆ। ਜਿਹਦੇ ਨਾਲ ਤੇਰੇ ਨਾਲ ਮੇਰਾ ਵਿਆਹ ਹੋਇਆ ਨਾ, ਮੇਰੀ ਕਿਸਮਤ ਸੜ ਗਈ। ਕਿਉਂ ਜੀ, ਤੂੰ ਤਵੇ ਤੇ ਰੱਖੀ ਸੀ? ਹਾਂ, ਕੱਲ੍ਹ ਨਾ ਸੜ ਗਈ। ਕੀ ਫਾਇਦਾ ਉਸ ਤਵੇ ਦਾ, ਅਨਟਾਈਮ ਵੀ ਗਰਮ ਨਹੀਂ ਹੁੰਦਾ ਰੋਟੀਆਂ ਪਕਾਉਣ ਵਾਲਾ। ਤੂੰ ਨਹੀਂ ਲੱਗਦੀ, ਤੇਰਾ ਤੇ ਦਿਲ ਕਰਦਾ ਦਿਨੇ ਚੁੱਲ੍ਹੇ ਅੱਗੇ ਹੋਵੇਂ, ਤੇ ਰਾਤ ਨੂੰ ਵੀ ਚੁੱਲ੍ਹੇ ਅੱਗੇ ਹੋ। ਮੇਰੀ ਕਿਸਮਤ ਇੱਥੋਂ ਕਿਹੜੀ ਏਡੀ ਚੰਗੀ, ਤੇਰੇ ਠੰਡੇ ਨਾਲ ਵਿਆਹ ਕਰ ਲਿਆ। ਅੱਛਾ, ਮਾਂ ਦੀ ਕੰਦੀ ਸੀ, ਬੜਾ ਚਲਾਕ ਤੇ ਹੁਸ਼ਿਆਰ ਹੈ। ਕੀ ਕਰਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਦੱਸ ਇਹ ਦੱਸ, ਵਿਆਹ ਸਮਝ ਗਿਆ ਜਿੰਨੇ ਨਾਲ ਬੀਤੀ ਹੈ। ਮਾਂ ਕਹਿੰਦੀ ਕਹਿੰਦੀ ਬੜਾ ਚਲਾਕ ਤੇ ਹੁਸ਼ਿਆਰ, ਬਾਅਦ ਤੋਂ ਪਤਾ ਲੱਗਿਆ ਵਿਆਹ ਤੋਂ ਬਾਅਦ, ਨਾਲੇ ਚਲਾਕੀ ਆ ਗਈ ਤੇ ਨਾ। ਆਹੋ, ਤੇਰੀ ਮਾਂ ਵੀ ਕਹਿੰਦੀ, ਤੁਹਾਡਾ ਵੀ ਤੇ ਨਾਲ ਆਤੀ ਤੇਰੀ ਮਾਂ ਵੀ ਕਹਿੰਦੀ ਸੀ ਕੁੜੀ ਇੰਦੇ ਜਿਵੇਂ ਮਾਡਲ ਹੁੰਦੀ ਹੈ। ਹਾਂ ਤੇ ਹੈ ਨਾ, ਆ ਕੇ ਘੁੰਡ ਚੁੱਕਿਆ ਵਿੱਚੋਂ ਮਧੂਰੀ ਡਸ਼ਕਰੀ ਨਿਕਲੀ ਹੈ। ਸੇਤਾ ਖਾਂਦੇ ਪੀਂਦੇ ਆ ਮਰੇ। ਤੇਰੀ ਮਾਂ ਵੀ ਕਹਿੰਦੀ ਸੀ ਚੰਨ ਦਾ ਟੋਟਾ, ਘੁੰਡ ਚੁੱਕਿਆ ਵਿੱਚੋਂ ਬਾਸਮਤੀ ਦਾ ਟੋਟਾ, ਜਿਹੜਾ ਪਤੀਲੀ ਚ ਪਾਇਆ ਪੱਪਾ ਹੋ ਜਾਂਦਾ। ਕੀ ਹੋ ਜਾਂਦਾ? ਪੱਪਾ। ਪਿਓ ਤੇਰਾ ਕਹਿੰਦਾ ਕੁੜੀ ਨਾਲ ਵਿਆਹ ਕਰ ਲੈ, 6 ਟਰੱਕ ਜੇਸ ਦੇ ਦਵਾਂਗਾ। ਹਾਂਜੀ, ਆਏ 6 ਟਰੱਕ ਆਏ ਨਹੀਂ, ਰੇਤ ਲਾ ਕੇ ਨਿਕਲ ਗਏ। ਉਦੋਂ ਮੇਰੇ ਪਿਓ ਦੇ ਤਰਲੇ ਕਰਦਾ ਸੈਂ, ਮੇਰੀ ਮਾਂ ਦੀ ਛੱਤ ਕੱਚੀ ਏ, ਬਾਰਿਸ਼ ਪੈਂਦੀ ਤੇ ਉਹ ਚੋਂਦੀ ਰਹਿੰਦੀ। ਜੇ ਉਹਨੇ ਨੇ ਸ਼ੁਕਰੀਆ ਤੈਨੂੰ ਟਰੱਕ ਦੇ ਰੇਤ ਭੇਜਦੀ ਤੂੰ ਟੈਕਾਂ 'ਚ, ਤੇ ਸ਼ੁਕਰ ਕਰ। ਹਾਏ ਹਾਏ, ਮਾਂ ਤੇਰੀ ਕਹਿੰਦੀ ਧੀ ਮੇਰੀ ਚੰਨ ਦਾ ਟੋਟਾ, ਕਾਰ ਆਏਗੀ ਚੰਨ ਨਾ ਹੋ ਜਾਏਗਾ। ਹੋਇਆ ਨਹੀਂ, ਇਹ ਦੁਵੇੜੇ 'ਚ ਪੈਰ ਰੱਖਿਆ 12 ਮੀਟਰ ਘਟੇ ਆ ਗਿਆ। ਐਸੀ ਮਨਹੂਸ ਹੋਈ ਹੈ ਸਿਤਾਰੇ, ਕੀ ਕਹਿਣਾ ਚਾਹੁੰਦਾ ਤੂੰ? ਕੀ ਦੱਸਾਂ ਤੈਨੂੰ ਕੀ ਕਹਿਣਾ ਚਾਹੁੰਦਾ? ਤੇਰਾ ਸੁਸਤਾ ਰੋਸ਼ਨਾ, ਅੱਜ ਤਾਂ ਪੂਰੀ ਮਨਹੂਸ ਲੱਗ ਰਹੀ ਹੈ ਤੂੰ। ਹਾਂਜੀ, ਤੇਰੀ ਸ਼ਕਲ ਵੇਖੀ, ਬੜੀ ਚੰਗੀ ਲੱਗ ਰਹੀ ਤੂੰ। ਸ਼ਕਲ ਵੇਖੀ ਤੇਰੀ, ਜਦ ਤੇਰੀ ਮਾਂ ਨੇ ਧਰਨੇ ਪਾਏ ਨੇ ਉੱਥੇ। ਵਾਲੇਕੁਮ ਅਸਲਾਮ। ਆਈ ਹਾਈ, ਮੈਂ ਮਰ ਗਈ ਤੇਰੀ ਨਜਾਇਜ਼ ਔਲਾਦ, ਹਾਈ ਮੈਂ ਤੇਰੀ ਬੀਵੀ ਚਲੀ। ਉਹ ਤੂੰ ਮੇਰੇ ਓਏ, ਹਾਂ ਚੱਲ ਲੈ ਦਿਆ ਵਾਪਸ ਓਏ, ਚੱਲ ਵਾਪਸ। ਮੇਰੇ ਨਹੀਂ ਗਏ, ਉਹ ਕਿੱਥੋਂ ਆਇਆ, ਕੌਣ ਹੈ ਤੂੰ? ਵਾਪਸ ਤੇਰੇ ਸਿਗਾ ਦਾ ਕਹਿੰਦੇ ਉੱਥੇ ਆ ਲੈ ਗਿਆ। ਜਵਾਈ ਨਾ ਫਨੇ ₹2,50,000 ਲੱਗਾ ਸੀ। ਤੂੰ ਮੇਰਾ ਸੂਟ ਆ ਗਿਆ।
ਲੱਗਦਾ ਇਹਨੂੰ ਚਾਹ ਮਾਸ ਦੁੱਧ ਨਹੀਂ ਲੱਭਾ ਹੈ
ਮੈਂ ਲਿਆਣਾ ਤੇਰੇ ਵਾਸਤੇ ਚਾ। ਅੱਛਾ ਜੀ ਅਮਜੇ ਸਾਹਿਬ ਸ਼ਰੀਫ ਆਦਮੀ ਨੇ ਵਿਚਾਰੇ ਮਿਸਤਰੀ ਲਾ ਬੈਠੇ ਨੇ, ਮਿਸਤਰੀ ਕਹਿੰਦੇ ਬਦਤਮੀਜ਼ ਨੇ ਸ਼ਰੀਫ ਆਦਮੀ ਨੂੰ ਤੰਗ ਕਰ ਰਹੇ ਨੇ, ਘਟਾ ਦੇ ਸਵਾਹ ਇਹਨਾਂ ਨੇ ਕਰਨਾ। ਉਤੋਂ ਗਰੀਬ ਆਦਮੀ ਵਿਚਾਰਾ 25,000 ਰੁਪਏ ਨੂੰ ਬਿੱਲ ਆਇਆ, ਵਾਪਸ ਦਫ਼ਤਰ ਜਾ ਕੇ ਰੌਲਾ ਪਾਤਾ, ਭਾਰੀ ਅੰਨੀ ਬਿਜਲੀ ਤੇ ਮੈਂ ਬਾਲੀ ਨਹੀਂ। ਉਹ ਕਹਿੰਦੇ ਜਿਹੜੀ ਅਸਮਾਨ ਤੋਂ ਡਿੱਗੀ ਉਹ ਵੀ ਤੇਰੇ ਤੇ ਹੀ ਪਾਤੀ। ਮੈਨੂੰ ਗੁਜਰੀ ਬਣਾਲਾ ਗੁਜਰਾਤ ਤੇ ਤੇਰਾ ਕਿਹੜਾ ਥੁੱਕ ਲੱਗਦਾ? ਕੀ ਮਤਲਬ? ਬਿਨਾਂ ਮਤਲਬ। ਹੋਰ ਸੁਣਾਓ ਕੀ ਹਾਲ, ਕਿੱਧਰ ਆਇਆ ਤੁਸੀਂ? ਮੈਂ ਪਾਣੀ ਲੈ ਰਹੀ ਹਾਂ, ਸਾਡਾ ਪਾਣੀ ਨਹੀਂ ਆ ਰਿਹਾ। ਤੁਹਾਡਾ ਪਾਣੀ ਆ ਨਹੀਂ ਰਿਹਾ? ਹਾਂ ਜੀ। ਤੇ ਸਾਡਾ ਰੁਕ ਨਹੀਂ ਰਿਹਾ? ਕਿਹੜਾ? ਉਹ ਜਿਹੜਾ ਹੈ ਵੇ ਸਾਡੀ ਵਾਲਾ ਪੰਪ ਲੱਗਾ ਹੈ। ਹਾਂ। ਉਹ ਪਾਣੀ ਐਂ ਜੀ ਸੁੱਟ ਰਿਹਾ ਕਿ ਤੁਹਾਨੂੰ ਮੈਂ ਕੀ ਦੱਸਾਂ? ਤੇ ਪੈਪ ਲਾ ਦੋ ਨਾ ਸਾਡੇ ਹਾਲ। ਅੱਛਾ ਜੀ ਪੈਪ ਦੀ ਕੀ ਗੱਲ ਕਰਦੇ ਹੋ, ਮੈਂ ਆ ਪਾ ਜਾਵਾਂਗਾ। ਤੁਸੀਂ ਬੜੇ ਸੋਹਣੇ ਹੋ। ਥੈਂਕ ਯੂ। ਤੁਹਾਡਾ ਵਿਆਹ ਹੋਇਆ? ਬਿਲਕੁਲ ਵੀ ਨਹੀਂ, ਇਹ ਤਾਂ ਮੈਂ 0 ਮੀਟਰ ਆ। ਹੈ? ਆ ਵੀ ਸਾਡਾ ਵੀ ਨਾ ਹਾਸਾ ਕਟਾ। 0 ਮੀਟਰ ਹੋ? ਬਿਲਕੁਲ। ਤੁਰਨਾ ਪਰਾ ਜੀ? ਕਿਉਂ ਨਹੀਂ, ਹੈ 0 ਮੀਟਰ ਲੇਕਿਨ 0 ਵੱਡਾ ਹੋ ਗਿਆ। ਤੁਹਾਡੀ ਸ਼ਾਦੀ ਹੋਈ? ਨਹੀਂ, ਮੰਮੀ ਹਜੇ 0 ਮੀਟਰ ਅਨ ਟੱਚ ਆ। 0 ਮੀਟਰ ਅਨ ਟੱਚ? ਓ ਕਿਵੇਂ? ਐਂਜ ਕਰੋ। ਹੈ ਟੱਚ ਹੋਇਆ? ਨਹੀਂ। ਐਂਜ ਜੀ ਜੇ ਨਾਲੇ ਗੁਜਰਾ ਹੈ। ਅੱਛਾ। ਇੱਥੇ ਕੁੜੀ ਨੂੰ ਮੂੰਹ ਨਹੀਂ ਲਾਉਂਦੇ ਤੇ ਮੁੰਡੇ ਨੂੰ ਮਿੰਟ ਨਹੀਂ ਜਲਾਉਂਦੇ? ਆਮ ਸ਼ਹਿਰਾਂ ਦੇ ਕੁੜੀ ਦਾ ਰਿਸ਼ਤਾ ਵੇਖਣ ਜਾਣ ਨਾ, ਆਣ ਕੇ ਕਹਿੰਦੇ ਕੁੜੀ ਬੜੀ ਸੋਹਣੀ ਹੈ, ਕੁੜੀ ਦਾ ਘਰ ਬੜਾ ਸੋਹਣਾ। ਗੁਜਰਾਂ ਦਾ ਬੰਦਾ ਇੱਕੋ ਗੱਲ ਹੀ ਆਣ ਕੇ ਕਰੇਗਾ, ਲੈ ਬਈ ਤੇਰਾ ਸਾਲਾ ਡੈਡ। ਇਹ ਫੈਸਲਾਬਾਦ ਵਾਲੇ ਤੇ ਲਾਹੌਰ ਵਾਲੇ ਤੇ ਗੱਡੀ ਖਰੀਦਣ ਨਾ, ਪਹਿਲੇ ਬੋਨਟ ਚੈੱਕ ਕਰਨਗੇ, ਛੱਤ ਚੈੱਕ ਕਰਨਗੇ। ਗੁਜਰਾਂ ਦਾ ਬੰਦਾ ਇੱਕੋ ਚੀਜ਼ ਹੀ ਚੈੱਕ ਕਰਦਾ ਜੀ, ਇਹਦੀ ਡਿੱਗੀ ਵੇ ਹੋਏ। ਇਹ ਤੇ ਐਡੇ ਸ਼ੌਕੀਨ ਨੇ, ਇਹ ਤੇ ਕੁਰਬਾਨੀ ਵੀ ਦੁੰਬੇ ਦੀ ਕਰਦੇ ਨੇ। ਸਹੀ ਗੱਲ ਹੈ, ਮੇਰੇ ਨਾਲ ਵਿਆਹ ਕਰ ਲਓ। ਮੈਨੂੰ ਪਾਓਗੇ ਕੀ? ਜੋ ਸਾਰੇ ਪਾਉਂਦੇ ਨੇ। ਆਹੋ ਮੇਰੇ ਕੋਲ ਕਿਹੜਾ ਕੰਡੇ ਵਾਲਾ? ਮਤਲਬ ਸੋਨੇ ਦੀ ਕਿਹੜੀ ਚੀਜ਼ ਪਾਓਗੇ? ਸੋਨੇ ਦੀ ਕਿਹੜੀ ਚੀਜ਼? ਹਾਂਜੀ, ਤੁਹਾਨੂੰ ਮੈਂ ਪਾਵਾਂਗਾ 4 ਇੰਚ ਦਾ ਲੋਕਟ। ਇੰਨਾ ਛੋਟਾ? ਇਹ ਸਰਦੀਆਂ ਵਾਲਾ ਜੀ। ਤੇ ਹੋਰ? ਹੋਰ ਤੁਹਾਨੂੰ ਮੈਂ ਪਾਵਾਂਗਾ 6-6 ਇੰਚ ਦੇ ਕਾਂਟੇ। ਅੱਡੇ ਵੱਡੇ? ਇਹ ਗਰਮੀਆਂ ਵਾਲੇ ਨੇ ਨਾ। ਨਾਲੇ ਉਹ ਮਿਸਾਲ ਨਹੀਂ ਸੁਣੀ ਤੁਸੀਂ? ਕਿਹੜੀ? ਕਾਂਟੇ ਜਿੱਡੇ ਮਰਜ਼ੀ ਵੱਡੇ ਹੋ ਜਾਣ ਨਾ ਤੇ ਲੋਕਟ ਦੇ ਥੱਲੇ ਨਹੀਂ। ਐ ਵੇਖੋ ਨਾ, ਕਾਂਟੇ ਨੇ ਜਿੱਡੇ ਮਰਜ਼ੀ ਹੋਣ। ਇੱਥੇ ਤੁਸੀਂ ਮੈਨੂੰ ਹਨੀਮੂਨ ਤੇ ਕਿੱਥੇ ਲੈ ਕੇ ਜਾਓਗੇ? ਤੁਹਾਨੂੰ ਜੰਗਲ 'ਚ। ਜੇ ਉੱਥੋਂ ਸ਼ੇਰ ਆ ਗਿਆ? ਹੁਣ 5 ਸਾਲ ਸ਼ੇਰ ਤੇ ਨਹੀਂ ਆਉਂਦਾ। ਐ ਐ 5 ਸਾਲ ਔਖੇ ਸੌਖੇ ਆ ਨੇ। ਕਿੰਨਾ ਬਦਤਮੀਜ਼ ਹੋ ਤੁਸੀਂ, ਸਾਡੇ ਘਰ ਪਾਣੀ ਨਹੀਂ ਆ ਰਿਹਾ, ਪੈਪ ਲਾਓ ਸਾਡੇ ਹਾਲ। ਤੁਸੀਂ ਬੜੇ ਸੋਹਣੇ, ਤੁਸੀਂ ਮੂੰਹ ਹਾਈ ਕੀ ਲਾਓਗੇ? 10 ਲੱਖ ਰੁਪਇਆ। ਕਿੰਨਾ? 10 ਲੱਖ। ਤੂੰ ਮੂੰਹ ਨਾ ਵਹਾਈ, ਨਾਲੇ ਉਹ ਗੱਲ ਕਰ ਜੇ, ਉਹ ਗੁਜਰਾਂ ਦੇ ਰੇਟ ਚੱਲਣ ਦੇ ਆ ਕੀ? ਰੁਪਇਆ 3500 ਬੰਦੇ 4। ਚੌਥਾ ਉਹ ਹੁੰਦਾ ਜਿਹਦੀ ਬੈਠਕ ਹੁੰਦੀ, ਉਹ ਵੀ ਆਪਣੀ ਵਾਰੀ ਲੈ ਕੇ ਦਾ, ਨਿਕਲੋ ਨਿਕਲੋ ਮੇਰਾ ਅੱਬਾ ਆ ਗਿਆ ਜੀ। ਕੀ? ਤੂੰ ਮੇਰੀ ਖਾਤਰ ਜਾਨ ਦੇ ਸਕਦਾ ਹੈ? ਤੂੰ ਬੰਦਾ ਬਦਲ ਭੈਣ ਮੇਰੀ ਏ, ਅਸੀਂ ਗੁਜਰਾਂ ਦੇ ਬੰਦੇ ਆ, ਅਸੀਂ ਔਰਤ ਦੀ ਖਾਤਰ ਕਦੀ ਜਾਨ ਨਹੀਂ ਦਾਂਗੇ। ਜਦੋਂ ਵੀ ਜਾਨ ਦਾਂਗੇ ਆਪਣੇ ਸੋਹਣੇ ਪਾਕਿਸਤਾਨ ਦੀ ਖਾਤਰ ਜਾਨ ਦਾਂਗੇ। ਤੇ ਕਿੱਧਰ ਹੁਣ? ਘਰ ਚੱਲੀਆਂ ਪੈਪ ਭੇਜੀ। ਆਈ ਅਮਰ ਅਮਜਦ ਸਾਹਿਬ, ਕੀ ਹੋ ਰਿਹਾ ਬਈ? ਮੈਂ ਤੁਹਾਨੂੰ ਕੀ ਦੱਸਾਂ, ਮੇਰੀ ਸੁਣੀ ਕੀ ਜੇ? ਹੋਇਆ ਕੀ? ਮੇਰੀ ਸ਼ਾਦੀ ਹੋਣ ਲੱਗੀ, ਮੈਨੂੰ ਇੱਕ ਕੁੜੀ ਪਸੰਦ ਆ ਗਈ। ਬੱਲੇ ਬੱਲੇ, ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਯਾਰ। ਤੁਹਾਨੂੰ ਕੀ ਦੱਸਾਂ, ਮੇਰਾ ਦਿਲ ਕਰਦਾ ਮੈਂ ਖੁਸ਼ੀ 'ਚ ਨੱਚਾਂ ਤੇ ਗਾਵਾਂ। ਅਜਾ ਮਠਿਆਈਆਂ ਮੰਨ ਜਾ ਕੇ ਮੈਂ ਹੁਣੇ ਗਿਆ, ਸ਼ਰੀਕਾਂ ਨੂੰ ਦੱਸ ਤੇਰਾ ਵਿਆਹ ਹੋਣ ਲੱਗਾ। ਬਸ ਮੈਂ ਗਿਆ ਜਾ। ਉਹ ਭੈਣੇ ਉਹਦੇ ਨਾਲ ਚੰਗੀ ਕਿਹੜੀ ਗੱਲ ਹੈ ਯਾਰ? ਮੈਂ ਸਭ ਦਾ ਭਲਾ, ਸਭ ਦੀ ਖੈਰ ਪਈ ਯਾ ਪੁੱਤਰਾ, ਕੋ ਨਿਜ਼ਾਮ ਚਲਾ ਰਿਹਾ ਯਾ ਪੁੱਤਰ, ਕੋ ਸਿਗੜ ਪਿਆ ਦਾ। ਤਾਜੀ ਰੋਟੀ ਬੜੀ ਮਜ਼ੇਦਾਰ। ਮੈਂ ਕਹਿੰਦਾ ਕਿ ਸਪਾਨੀ ਨੇ ਜਿਹੜਾ ਗੋਭੀ ਗੋਸ਼ਤ ਪਕਾਇਆ ਨਾ, ਮਜ਼ਾ ਆ ਗਿਆ। ਸਹੀ ਗੱਲ ਹੈ, ਸਪਾਨੀ ਭਾਈ ਪਕਾਉਂਦੀ ਅੱਛਾ ਹੈ। ਹਾਂ, ਨਾਲੇ ਉਂਝ ਵੀ ਉਹ ਸਬਜ਼ੀ ਵਾਲੇ ਨਾਲ ਸੈੱਟ ਹੈ। ਹਲੇ ਹੋਰ ਨਾਲੇ ਰੋਟੀ ਖਾ ਲਈ ਜਨਾਬ ਮਿਸਤਰੀ ਸਾਹਿਬ। ਹਾਂ, ਜੇ ਰੋਟੀ ਖਾ ਲਈਏ ਤੇ ਕੰਮ ਮੁਕਾ ਲਓ, ਭਾਈ 2 ਕਛ ਲਾ ਲਈਏ।
ਉਹ ਜਨਾਬ 7 ਮਹੀਨੇ ਹੋ ਗਏ ਨੇ। ਹਾਂ ਜੀ। ਉਹ ਇਹ ਕੰਮ ਕਿਉਂ ਨਹੀਂ ਮੁੱਕਦਾ? ਇਹ ਨਹੀਂ ਮੁੱਕਣਾ। ਉਹ ਕਿਉਂ ਨਹੀਂ ਜੀ ਮੁੱਕਣਾ? ਉਹ ਉੱਤੇ ਕਿੰਨੇ ਦੇ ਬਦਲ ਨੇ, ਕਿੰਨਾ ਕੱਟਣਾ ਪੈਣਾ ਹੈ ਉੱਥੇ। ਉਹ ਤੁਹਾਡੀ ਮਿਹਰਬਾਨੀ ਮਿਸਤਰੀ ਸਾਹਿਬ ਹੈ ਮੇਰੇ, ਕੱਲ ਵੇਖੋ ਇੰਨੀ ਮਾਂ ਰਿਹਾ ਬੱਚਿਆ, ਪਹਿਲੀ ਵਾਰੀ ਮਿਸਤਰੀ ਲਾਏ ਨੀ, ਇਹ ਨੀ ਨਿਕਲਣਾ ਤੇ ਮਾਂ ਚੋਂ ਬੜੀ ਮੁਸ਼ਕਲ ਨਿਕਲਿਆ। ਚਲੋ ਸਾਲ ਤੱਕ ਦੋ ਰੱਦੇ ਹੋਰ ਲੱਗ ਜਾਣਗੇ। ਤੁਸੀਂ ਮਿਸਤਰੀ ਸਾਹਿਬ, ਤੈਨੂੰ ਪਤਾ ਮੂੜ ਵਾਲੇ ਬੰਦੇ ਨੇ, ਮਿਸਤਰੀ ਸਾਹਿਬ ਨੂੰ ਕਿਤੇ ਉੱਤੋਂ ਚਾਹ ਹੋਵੇ ਨਾ। ਹਾਏ ਵਾਹ ਪੁੱਤਰਾ, ਇਹ ਗੱਲ ਕਰਨਾ, ਉਹ ਕਿੱਥੋਂ ਚਾਹ ਲਿਆਦਾ? ਕੰਮ ਕਰੋ ਅੰਦਰੋਂ, ਉਹ ਤੁਸੀਂ ਕੰਮ ਤੇ ਸ਼ੁਰੂ ਕਰੋ, ਚਾਹ ਵੀ ਆ ਜਾਏਗੀ। ਆਪਣੇ ਉਮਰ ਵੇਖ, ਆਪਣੇ ਸ਼ੌਕ ਵੇਖ, ਕਿੰਨਾ ਕੁ ਕੰਮ ਕਰਵਾਈ ਆਉਂਦੇ। ਬਾਬਾ ਜੀ ਚਾਹ ਮੰਗਾ ਲਓ, ਮਿਸਤਰੀ ਸਾਹਿਬ ਦਾ ਜ਼ੇਹਨ ਬਣੇਗਾ ਤੇ ਨਾ ਕਾਂਡੀ ਫੜਨੀ। ਬੇਗਮ ਡਰਾਮੇ ਤੋਂ ਹਟ ਕੇ ਰਾਣਾ ਪੁੱਤਰ, ਤੇਰਾ ਹੱਥ ਬਹੁਤ ਗਾਂ ਜਾ ਰਿਹਾ ਹੈ। ਬਸ ਬਈ ਕੰਮ ਮੁਕਾਓ।
ਅਸੀਂ ਤੇ ਭਾਈ ਕਰਕੇ ਹੀ ਖਾਂਦੇ ਆ। ਚਾਹ ਪਿਆ ਤੁਹਾਨੂੰ ਪਤਾ ਲੱਗੇ। ਉਹ ਚਾਹ ਕਿੱਥੋਂ ਪਈ ਹੈ ਚਾਹ? ਉਹ ਕੀ ਮੰਗਦੇ ਨੇ ਮਿਸਤਰੀ? ਓਏ ਚਾਹ ਮੰਗਣ ਦੇ ਨੇ। ਦੇ ਦਿਓ। ਲਓ ਜੇ ਤੁਹਾਡੀ ਕੁੜੀ ਕਹਿੰਦੀ ਹੈ ਦਿਓ ਤੇ ਦਿਓ। ਮੰਗੇ ਮੰਗਣ ਆਪਣੀ ਮਾਂ ਦੀ, ਆਪਣੀ ਭੈਣ ਦੀ ਚਾਹ, ਮੰਗੇ ਰਿਸ਼ਤੇਦਾਰਾਂ ਦੀ, ਫੁੱਫੇ ਦੀ, ਮਾਸੀ ਦੀ, ਦਾਦੇ ਦੀ, ਨਾਨੀ ਦੀ, ਅਗਲੇ ਦੀ, ਪਿਛਲੇ ਦੀ, ਸਾਡਾ ਵੇ ਦੀ, ਉਤਲੇ ਦੀ, ਥਲੇ ਦੇ ਤੁਹਾਡਾ ਖਾਣਾ ਖਰਾਬ। ਨਾ ਥਲੇ ਨਹੀਂ, ਨਾ ਉਤਲੇ ਨਹੀਂ, ਆਹ ਤੇਰੀ ਨਹੀਂ, ਤੇਰੀ ਨਹੀਂ, ਤੇਰੀ ਕੰਮ ਕੰਮ ਤੇਰਾ ਕਰਨ ਦਾ ਹੈ। ਚਾਹ ਲੋਕਾਂ ਦੇ ਰੋ ਪੀਏ ਜਾ ਕੇ ਕਿੰਨਾ ਟਾਈਮ ਲੱਗੇਗਾ? ਹੈ ਕਿੰਨਾ ਟਾਈਮ ਲੱਗੇਗਾ? ਅਬੇ ਹੈ ਆ ਪੁੱਤਰ, ਧਿਆਨ ਨਾਲ ਰੋੜੀਏ ਕੋਟਾ ਹੈ। ਮਿਸਤਰੀ ਸਾਹਿਬ ਦਾ ਰਿਕਾਰਡ ਕੰਨ ਤੋੜ ਤੇ ਲੈਂਦੇ ਨੇ, ਬਾਅਦ ਚ ਉਹਨਾਂ ਕੋਲੋਂ ਖੜੀ ਨਹੀਂ ਕੀਤੀ ਜਾਂਦੀ। ਚੱਕੀ ਨਹੀਂ ਪਹੁੰਚਣ ਡਈ ਤੇ ਉਹ ਏਡਾ ਲੰਮਾ ਹੁੰਦਾ ਹੀ ਨਹੀਂ ਹੱਥ।
ਚੌਧਰੀ ਜੀ ਖਲੋਤਾ ਸਾ ਤੇ ਮਾਈ ਨਾ ਆ ਕੇ ਕਹਿੰਦੀ ਹੈ ਮੇਰੇ ਫਲੂਦੇ ਚ ਚਮਚੀਆਂ ਮਾਰ। ਹਾਂਜੀ ਹਾਂਜੀ ਉਹਦੇ ਵਿੱਚੋਂ ਦੋ ਤਿੰਨ ਕੁੱਖ ਮਿਲਾਨਾ ਉਸਤਾਦ ਨੇ ਵੀ ਚੱਖਣ ਦੀ ਕੋਸ਼ਿਸ਼ ਕੀਤੀ। ਮਿਸਤਰੀ ਤੂੰ ਸਿਆਣਾ ਬੇੜਾ ਆਦਮੀ ਸੱਚ ਬੋਲੀ, ਇਹ ਕੀ ਹੋਣ ਡਿਆ ਸੀ ਇੱਥੇ? ਇਹਨਾਂ ਦੇ ਆਪਣੇ ਚਸਕੇ ਸਾਡੇ ਕਿਸੇ ਨਲਕਾ ਕਿੱਡੇ ਕੋ ਮੂੰਹ ਦਾ ਲੱਗਾ ਹੈ? ਮੇਰਾ ਮੂੰਹ ਕਿਸੇ ਸ਼ੈ ਨਾਲ ਮਿਲਦਾ? ਕੱਲ ਨਾਲ ਸਾਡੇ ਘਰ ਮਿਸਤਰੀ ਆਇਆ ਤੇ ਉਹਨੇ ਉੱਲੂ ਕੀ ਪੱਠੀ ਵੋ ਪਿੱਛੇ ਵਾਲੋ ਨੇ ਬਾਪ ਮਾਰਾ ਹੋਇਆ ਮਾਰਾ। ਚੱਲ ਮਿਸਤਰੀ ਆਇਆ ਉਹਨੂੰ ਮੈਂ ਕਿਹਾ ਖੁਰਾ ਬਣਾ, ਤੇ ਉਹਨੇ ਖੁਰਾ ਬਣਾਇਆ, ਦੋ ਵਾਰ ਮੈਂ ਨਲਕਾ ਘੇੜਿਆ, ਉਹਦੇ ਚ ਪਾਣੀ ਗਿਆ ਤੇ ਐਡਾ ਸਰਾਖ ਹੋ ਗਿਆ। ਜਿੰਨੀ ਦੇਰ ਤੱਕ ਮਿਸਤਰੀ ਨਹੀਂ ਨਾ ਆਂਦਾ ਤੁਸੀਂ ਆ ਮਜ਼ਦੂਰ ਲਾਈਓ। ਐ ਕਰੇਗਾ ਐ ਟੋਏ ਜੋ ਪਾਣੀ ਪੀ ਜਾਂਦਾ। ਟੋਇਆ ਅੱਗੇ ਜੇ ਕਿ ਪਿੱਛੇ? ਪਿੱਛੇ ਉਹ ਮੈਂ ਨਹੀਂ ਉਹ ਪੀਣਾ, ਪਿੱਛੋਂ ਗਾਰਾ ਪਿੱਛੋਂ ਗਾਰਾ ਹੁੰਦਾ ਹੀ। ਯਾਰ ਤੂੰ ਉਹਦੇ 'ਚ ਪੈਪ ਪਾ ਕੇ ਉਹਦੀ ਸਪਲਾਈ ਨਾਲੀ 'ਚ ਕੱਢ ਦੇ। ਐਡਾ ਟੋਇਆ? ਹਾਂ ਐਡਾ। ਮਿਸਤਰੀ ਲੈ ਲਓ ਵਿੱਚ ਰਾਤ ਵੀ ਰਹਿ ਲੈਂਦਾ। ਮਿਸਤਰੀ ਗਿਆ ਕਿੱਥੇ ਵੇ? ਹੈ ਹੀ ਇੱਥੇ। ਤੁਸੀਂ ਟੋਇਆ ਕਿੱਡਾ? ਐਡਾ। ਤੇ ਜਦੋਂ ਟੁੱਟਦੇ ਹੋ ਤਾਂ ਹਵਾ ਆਉਂਦੀ ਹੈ ਉੱਥੇ? ਚੰਗੀ ਬੱਸ ਪੈਂਚਰ ਹੋਈ ਆਂਦੀ? ਆਂਦੀ ਨਹੀਂ ਝੂਠੀ। ਮਿਸਤਰੀ ਬਾਹਰ ਆਇਆ ਨਹੀਂ ਮਾਰ ਰਿਹਾ ਬੱਚਿਆ। ਸਾਜੀ ਨਜਮਾਈ ਤੇਰਾ ਖਾਣਾ ਖਰਾਬ ਚੀ ਹੈ ਹਲੇ ਵੀ ਹੋਣਾ? ਉਹ ਠਹਿਰ ਜਾ, ਕਿਸੇ ਮੋਂਗਰੇ ਖਾਣ ਵਾਲੀ ਔਰਤ ਆ ਬੱਚਿਆ। ਕਹਿੰਦੀ ਇਹਦਾ ਖਾਣਾ ਖਰਾਬ, ਵੇਖ ਇਸ ਤੋਂ ਬਹੁਤਾ ਕੀ ਹੋਏਗਾ। ਕੀ ਨਜਮਾ ਪਿਸ਼ੌਰ ਦਾ ਬੰਦਾ ਗੇੜਦਾ ਰਿਹਾ, ਐਡਾ ਸਰਾਖ ਹੋ ਗਿਆ। ਉਤਰੀ ਦੀਆਂ ਬੱਚਿਆ ਇਹਦੀ ਰੋੜੀ ਦੇ ਉੱਤੇ ਸਹੀ ਦਮੂਸਾ ਮਾਰ। ਇੰਨਾ ਕੁ ਦਮੂਸਾ ਮਾਰਿਓ? ਜਦੋਂ ਦਮੂਸਾ ਮਾਰਦਾ ਸੀ ਬਜਰੀ ਚੋਂ ਪਾਣੀ ਉੱਡ ਉੱਡ ਕੇ ਮੂੰਹ ਨੂੰ ਪੈਂਦਾ ਸੀ। ਕਿਸੇ ਕੁੱਤੇ ਦੇ ਪੁੱਤਰ ਮੇਰਾ ਮੂੰਹ ਲਵਾ ਕੇ ਨਾ ਤੇ ਮੋਰੇ ਤੇ ਲਵਾ ਓਲੀ ਓਲੀ ਥਾਂ ਤੇ ਤੁਸੀਂ ਮਿੱਟੀ ਪਵਾ ਕੇ ਭਰਤੀ ਪਵਾ ਦਿੱਤੀ। ਹਾਂ ਇੱਕ ਤਾਂ ਮੈਂ ਓਏ ਦਮੂਸੇ ਨੂੰ ਕਿਤੇ ਕੀਮ ਕੋਲ ਵਾ ਥੱਲੇ ਭੈਣ ਪੇਸ਼ ਕਰੋ।
ਸਾਜੀ ਉਹ ਤੁਸੀਂ ਕਿਹਾ ਸੀ ਇੱਟਾਂ ਤੇ ਉਹ ਇੱਟਾਂ ਦਾ ਕੀ ਕਰਨਾ ਜੇ ਮੈਂ ਪਾਣੀ ਲਾਵਾਂ ਉਹਨਾਂ ਨੂੰ 300 ਇੱਟ ਪੁੱਤਰ ਪਾਣੀ ਲੈ ਕੇ ਅੰਦਰ ਲੈ ਗਿਆ ਉਹ ਇੱਟ ਵੀ ਅੰਦਰ ਲਿਆਣੀ ਆਹੋ ਤੇ ਹੋਰ ਕੀ ਕਰਨਾ ਜੀ ਅੱਛਾ ਜੀ ਮਕਾਨਾ ਨਹੀਂ ਉਹ ਕੰਮ ਹਾਂ ਹੁਣ ਤਾਂ ਮੈਨੂੰ ਇਹ ਦੱਸ ਮੇਰਾ ਕੰਮ ਕਿਦੋਂ ਕਰੇਗਾ ਲੈ ਤੇਰਾ ਛੇਤੀ ਕੰਮ ਹੋ ਜਾਣੀ ਕਿੰਨੀ ਛੇਤੀ ਆ 2024 ਚ 2024 ਚ ਸਾਨੂੰ 70 ਸਾਲ ਹੋ ਗਏ ਸੁਣਦੇ ਆ ਹੁਕਮਰਾਨਾਂ ਕੋਲ ਅੱਜ ਕਰਨੇ ਕੱਲ ਕਰਨੇ ਇੰਨੇ ਸਾਲ ਲੱਗਣ ਤੇ ਮੈਂ ਨਹੀਂ ਟਾਈਮ ਦੇ ਸਕਦਾ ਤੇ ਜਿਹੜੀ 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 ਆਵਾਮ ਉਹਨਾਂ ਨੂੰ ਤਰੀਫਾਂ ਕੱਢਦੀ ਆ ਉਹ ਤੁਹਾਡੇ ਜ਼ਿਹਨ ਚ ਨੇ ਓਕੇ ਤੇਰਾ ਮੇਰਾ ਕੰਮ ਕਿਦੋਂ ਹੋਏਗਾ ਇਹਨੂੰ ਪਛਾਣਿਆ ਪੁੱਤਰ ਇਹ ਨਜਮਾ ਹੈ ਅੱਛਾ ਆ ਮੇਰੇ ਵਾਲਦ ਸਾਹਿਬ ਜਿਹੜੇ ਵੱਡੇ ਮਿਸਤਰੀ ਸਨ ਨਾ ਇਹਨਾਂ ਦੀ ਵਾਲਦਾ ਦਾ ਕੰਮ ਕਰਦੇ ਰਹੇ ਨੇ ਅੱਛਾ ਫੇਰ ਤੇ ਤੁਹਾਡੀ ਭੈਣ ਲੱਗੀ ਆ ਪੁੱਤਰ ਮਕਾਨ ਬਣਾਉਂਦੇ ਰਹੇ ਨੇ ਅੱਛਾ ਮੈਂ ਘਰੇ ਕੰਮ ਕਰਦੇ ਰਹੇ ਨਹੀਂ ਨਹੀਂ ਉਹ ਬਸ ਚੜ ਕੇ ਛੋਟੀ ਜੀ ਕੰਮ ਤੇ ਟੀਪ ਟੂ ਵੀ ਕਰਦੇ ਹੁੰਦੇ ਸਨ ਉਮਰ ਜੀ ਜ਼ਿਆਦਾ ਹੋ ਗਈ ਆ ਸਾਹਰ ਤੁਸੀਂ ਕਰਮਾਲਾ ਮੇਰੇ ਹੱਥੇ ਜੋ ਤਾਂ ਚੜੇ ਹਨ ਪੁੱਛੋ ਕੈਸਾ ਹੋਇਆ ਕੰਮ ਤੇ ਉਸਤਾਦ ਜੀ ਕਿਸੇ ਦਾ ਕੰਮ ਦਾ ਉਤੋਂ ਤਾਂ ਸਹੀ ਨਹੀਂ ਹੋਇਆ ਉਹ ਸੁੱਤਾ ਤੁਹਾਨੂੰ ਕੀ ਕਰਨਾ ਜੇ ਬਾਅਦ ਚ ਐਡਾ ਮੋਰਾ ਆਈਏ ਉਹ ਹੁਣ ਜ਼ਮੀਨ ਹੀ ਬੋਲੀ ਹੁਣ ਮੈਂ ਕਿੰਨਾ ਕੋ ਬੰਦ ਕਰਾਂ ਉਹਨੂੰ ਅੱਛਾ ਇਹ ਇਹ ਤੈਨੂੰ ਪਤਾ ਇਹ ਫੰਕਸ਼ਨ ਫੰਕਸ਼ਨ ਵੀ ਕਰਦੀਆਂ ਨੇ ਡਰਾਮੇ ਡਰੂਮਿਆਂ ਚ ਹਾਂ ਉਹ ਬਸ ਤਕਫਾਰ ਨੱਚਦੀ ਹਾਂ ਡਰਾ ਵਾਲਾ ਹੌਲਾ ਵਾਲਾ ਕੁਵਤਾ ਜਿਹੜੀਆਂ ਬੱਚੀਆਂ ਨੱਚਦੀਆਂ ਨੇ ਨਾ ਉਹਨਾਂ ਦੇ ਵਾਲਦ ਮਿਸਤਰੀ ਹੁੰਦੇ ਨੇ ਹਾਂ ਸਹੀ ਗੱਲ ਹੈ ਸਾਜੀ ਇਹ ਨੱਚਦੀਆਂ ਨੇ ਤੇ ਦੋਜ਼ਖ ਚ ਜਾਣਗੀਆਂ ਹਾਂ ਤੇ ਵੇਖਣ ਵਾਲਿਆਂ ਦੀ ਕੀ ਸਜ਼ਾ ਹੈ ਨਾਲ ਹੀ ਨੇ ਹੋਰ ਕਿੱਥੇ ਇਹ ਜੰਨਤ ਚ ਹੋਣਗੇ ਲੇਕਿਨ ਉੱਥੇ ਜੇਲ੍ਹ ਚ ਹੋਣਗੇ ਠੰਡੀ ਜਗ੍ਹਾ ਫੁਲਕੀ ਕੈਦ ਹੋਣੀ ਜੇ ਜੇਲ੍ਹ ਚ ਰੱਖਿਆ ਜੀ ਬੈਠੋ ਭਾਅ ਜੀ ਜਿੱਥੇ ਮਰਜ਼ੀ ਬਹਿ ਜਾਓ ਇੱਕੋ ਜਿੰਨਾ ਹੀ ਗੁਨਾਹ ਹੈ ਸਾਜੀ ਆਇਓ ਤੂੰ ਬਸ ਜਲਦੀ ਕਰ ਦੇ ਤੂੰ ਬਸ ਇੱਕ ਗਾਣਾ ਸੁਣਾਣਾ ਮੈਂ ਤੇਰਾ ਮਜ਼ਦੂਰਾਂ ਨੂੰ ਲੈ ਕੇ ਆਇਆ ਤੇ ਵੇਖ ਤੂੰ ਬਸ ਤੇਰਾ ਕੰਮ ਕਰ ਦੇਣਾ ਉੱਤੇ ਚੜਨਾ ਥੱਲੇ ਆਉਣਾ ਮਿਸਤਰੀ ਦਾ ਹੌਸਲਾ ਹੁੰਦਾ ਉੱਤੇ ਚੜਦਾ ਥੱਲੇ ਆਉਂਦਾ ਉੱਤੇ ਚੜਦਾ ਥੱਲੇ ਆਉਂਦਾ ਉਸਤਾਦ ਜੀ ਜੀ ਬੇਟਾ ਜੀ ਰੂਹ ਅਫਜ਼ਾ ਨੂੰ ਲਾ ਲਓ ਯਾਨੀ ਦੋ ਇੱਟਾਂ ਤੋਂ ਬਾਅਦ ਰੂਹ ਅਫਜ਼ਾ ਐ ਮਾਈ ਇਹਦੀ ਨਾ ਕੋਲ ਆ ਕੇ ਨਾ ਰੂਹ ਅਫਜ਼ਾ ਕਰ ਅੱਛਾ ਉਸਤਾਦ ਜੀ ਕੀ ਗੱਲਾਂ ਮੈਂ ਕਰਦੇ ਹੋ ਦੋ ਇੱਟਾਂ ਦੇ ਨਾਲ ਹੁਣ ਚ ਬਾਕੀ 298 ਆ ਹੀ ਜਾਣੀਆਂ ਮੈਂ ਇਹਨਾਂ ਕੇ ਲੇਟ ਕਰ ਰਿਹਾ ਲੇਟ ਤੇ ਇਹ ਕਰ ਰਿਹਾ ਜੀ ਉਹ ਕਿਉਂ ਮਟੀਰੀਅਲ ਨਹੀਂ ਨਾ ਪਹੁੰਚ ਰਿਹਾ ਵੇ ਫੇਰ ਫੇਰ ਫਾ ਗਿਆ ਤੂੰ ਜਾਣਿਆ ਭਈਆ ਤੇਰੇ ਮੈਟਿਕ ਭਈਆ ਕਰ ਕੀ ਇਹ ਤੈਨੂੰ ਉਹ ਤੈਨੂੰ ਕੀ ਪਤਾ ਉਹ ਮਾਈਆਂ ਠੀਕ ਹੁੰਦੀਆਂ ਕੁੜੀਆਂ ਟਾਈਮ ਤੇ ਆਇਆ ਕਰਦੀਆਂ ਨੇ ਇਹ ਬੰਦਾ ਭੁੱਲ ਜੇ ਦੱਸ ਤੇ ਦਿੰਦੀਆਂ ਨੇ ਨਹੀਂ ਪੁੱਤਰ ਇੰਜ ਨਹੀਂ ਇੰਜ ਐ ਵੇਖ ਲਾ ਤੂੰ ਕੀ ਗੱਲਾਂ ਕਰਨ ਦੇ ਤੇਰੇ ਉਹ ਤੂੰ ਫੇਰੇ ਦੀ ਜ਼ਰੂਰ ਕਰ ਲਗਾ ਉਹ ਤੂੰ ਮੁੰਡਾ ਨਹੀਂ ਸੁਣੀ ਨਾ ਮੇਰਾ ਜਿੱਥੇ ਪੈਰ ਰੱਖਾਂ ਉੱਥੇ ਪਸੂੜੀ ਪਾ ਦੇਣਾ ਓਏ ਕਿਵੇਂ ਕੀਤਾ ਏ ਤੰਗ ਮੇਰੇ ਰੰਗ ਦੇ ਰੰਗ ਤੇਰੇ ਰੰਗ ਉਹ ਭਾਈ ਬਦਮਾਸ਼ ਓਏ ਲੰਗੀਆਂ ਲੱਤਾਂ ਬੰਨ ਲਾ ਦੇ ਓਏ ਕਿੰਨੇ ਮੇਰੇ ਸੋਹਰੇ ਨੂੰ ਤੰਗ ਕੀਤਾ ਓਏ 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 ਕਹਿੰਦਾ ਸੋਹਰਾ ਸੋਹਰੇ ਦੇ ਯਾਰ ਨੂੰ ਕਿੰਨੇ ਤੰਗ ਕੀਤਾ ਕਿਹੜਾ ਮਿਸਤਰੀ ਓਏ ਥੋੜੀ ਟੁੱਟ ਗਈ ਹੈ ਬਦਮਾਸ਼ ਦੀ ਸ਼ੇਫਤੀ ਖਰਾਬ ਕਰਨ ਲੱਗਾ ਕਤਲ ਲਾਉਣਾ ਤੁਸੀਂ ਕੁੱਤੇ ਦੇ ਦੌਰੇ ਚੋਂ ਵੀ ਦੁੱਧ ਪੀ ਜਾਂਦਾ ਉਹ ਕਿਉਂ ਸ਼ੂਗਰ ਲੋ ਹੀ ਓਏ ਤੂੰ ਕੀ ਗੱਲ ਐ ਅਸਲ ਗੱਲ ਦੱਸ ਪਹਿਲਵਾਨ ਜੀ 7 ਮਹੀਨੇ ਹੋ ਗਏ ਨੇ ਮੇਰੇ ਘਰੋਂ ਨਹੀਂ ਨਿਕਲਣ ਦੇ ਇਹਨਾਂ ਨੂੰ ਤਾਂ ਕੱਢੋ ਇੱਥੋਂ ਓਏ ਤੁਸੀਂ ਇੱਥੋਂ ਕਿਉਂ ਨਹੀਂ ਨਿਕਲ
ਕੀ ਗੱਲ ਹੈ ਭਰਜਾਈਏ? ਸੁਣੀ ਸੀ ਤੁਸੀਂ ਸਹੀ ਆਇਓ, ਇਹ ਮਿਸਤਰੀ ਤੇ ਇਹ ਮਜ਼ਦੂਰ, ਹਾਂ ਇਹ ਚਤਾਨ ਨਾ ਚਤਾਨ ਕੀ ਹੋਇਆ? ਮੈਂ ਇੱਥੇ ਖਲੋਤੀ ਸਾਂ। ਅੱਛਾ, ਇਹ ਉਹਨਾਂ ਨੇ ਲੰਬੂ ਕਾਣਾ, ਹਾਂ ਇਹ ਲਿਆ ਕੇ ਪੜਾ ਉਹਨਾਂ ਅੱਜ ਟਬੱਟਾ ਦਿੱਤੀ ਹੈ। ਪਰ ਖਾਂ ਗਏ ਓਏ, ਇੰਨਾ ਝਟਕਾ ਤੇ ਮਾਈ ਬਕੂ ਇਹਦੇ ਟਾਈਮ ਨਹੀਂ ਸੀ ਲੈ ਰਹੇ। ਕੀ ਕਿਹਾ ਦਿੱਤਈ? ਮੈਂ ਇੱਥੇ ਖਲੋਤੀ ਸਾਂ। ਅੱਛਾ, ਉਹ ਮਜ਼ਦੂਰ ਆਇਆ ਹੈ, ਇਹਨੇ ਮੇਰਾ ਅੱਜ ਟਬੱਟਾ ਦਿੱਤੀ ਹੈ। ਮੈਨੂੰ ਸਮਝ ਨਹੀਂ ਆਈ, ਦੁਬਾਰਾ ਕਰਕੇ ਵਹਾ। ਅੱਛਾ, ਮੇਰੇ ਕੋ ਕਸਮ ਚੁਕਾ ਲਓ ਮਾਈ ਹਰਾਮ ਦੀ। ਕਾਟਾ ਨਾ ਲਵਾ ਲਈ, ਮੈਨੂੰ ਕੱਲ ਪੁੱਛ ਲੈਂਦੇ। ਇੱਥੇ ਜਦੋਂ ਤੂੰ ਖਲੋਤੀ ਸੈਂ ਤੇ ਤੂੰ ਇਹ ਆਇਆ, ਇਹਨੇ ਕੀ ਕੀਤਾ? ਇਸ ਵਜ੍ਹਾ ਤੋਂ ਅਸੀਂ ਨੀਚੇ ਜਾਂਦੇ। ਕੋਈ ਪੈਸੇ ਵੀ ਦਿੱਤੇ ਸੁ ਕੇ ਉਂਜੀ ਫੜਦਾ ਰਿਹਾ? ਓ ਬਦਮਾਸ਼ ਸਾਹਿਬ, ਉਹ ਕੀ ਕਰਨ ਦੇ ਹੋ? ਇੱਕ ਮਿੰਟ, ਥੱਲੇ ਉਤਰ ਆਏ, ਮਿਸਤਰੀ ਕਿਹੜਾ ਤੁਹਾਡੇ ਚੋ ਹੈ? ਇੱਥੇ ਕਿਦੋਂ ਤੋਂ ਕਿਉਂ ਲੱਗੇ ਹੋਏ? ਕਿੰਨੇ 7 ਮਹੀਨੇ ਹੋ ਗਏ ਨੇ, ਸਾਰਾ ਕੁਝ ਮੇਰਾ ਬਰਬਾਦ ਕਰ ਰਹੇ ਸੀ। ਇਸ ਘਰ ਦੇ ਏਡੇ ਵਾਕਫ ਹੋ ਗਏ ਤੇ ਮਿਸਤਰੀ ਸਾਹਿਬ ਕਿਤੇ ਮੰਜੀ ਤੇ ਲੰਮੇ ਪਏ ਹੋਣ ਤੇ ਮਾਈ ਪਾਸਾ ਲੈ ਕੇ ਨਾਲ ਆ ਪੈ ਜਾਂਦੇ। ਇਹ ਕੀ ਕਹਿੰਦੇ? ਆਹੀ ਰੀ ਲਾਏ ਤੇ ਇਹ ਤੇ ਝੂਠ ਪਾਈ ਜਾਂਦੇ। ਇਧਰ ਆ, ਇਹਦਾ ਕਾਰ ਕਿਉਂ ਨਹੀਂ ਵੇਲਾ ਕਰਦਾ ਓਏ? ਮੈਂ ਕੀ ਪੁੱਛਣ ਡਿਆ? ਭਲਵਾਨ ਜੀ, ਮੈਂ ਤੈਨੂੰ ਪਛਾਣ ਲਿਆ ਜੇ। ਪਛਾਣ ਲਿਆ? ਕੀ ਹੋਇਆ? ਇਹ ਤੁਹਾਡੇ ਘਰ ਜਿਹੜਾ ਬਾਥਰੂਮ ਹੈ ਰੰਗੀਨ ਟੈਲਾਂ ਵਾਲਾ, ਹਾਂ ਉਹ ਮੈਂ ਬਣਾਇਆ ਜੇ। ਓਏ, ਉਹ ਬਾਥਰੂਮ ਤੂੰ ਬਣਾਇਆ? ਉਹ ਨਾ ਦਿਨਾਂ ਚ ਮੈਂ ਜੇਲੇ ਸਾਹ ਤੋਂ ਮੈਂ ਮਿਸਤਰੀ ਲਗਾ ਦੇ ਤਾਨਾ ਵੇ। ਓਏ ਮਾਰਦੇ ਮਾਰਦੇ ਪਾਲ ਆਏ ਵੀ ਮੈਂ ਮਿਸਤਰੀ ਲੱਗਦਾ ਫਿਰਦਾ ਸਾਂ। ਓਏ ਤੇਰੇ ਹੱਥ ਚੁੰਮ ਲਾ, ਐਸੀਆਂ ਟੈਲਾਂ ਲਾਈਆਂ ਨੀ ਬੱਬਰ ਸ਼ੇਰਾ, ਮਜ਼ੇ ਆ ਗਏ ਨੇ। ਭਗਵਾਨ ਜੀ, ਕੀ ਓਏ ਇਹੋ ਜਿਹਾ ਮਿਸਤਰੀ ਤੂੰ ਨਹੀਂ ਵੇਖਿਆ ਹੋਣਾ। ਏ ਭਗਵਾਨ ਜੀ, ਕੀ ਓਏ ਛੋਟਾ ਜਿਹਾ ਕੰਮ ਕਰਦੇ ਹੋ? ਕੀ? ਬਸ ਸਾਡੇ 7-8 ਦਿਨ ਕਢਾ ਦੇ ਤੇ ਕੰਮ ਮੁੱਕ ਜਾਏਗਾ। 7-8 ਦਿਨ ਨਹੀਂ ਓਏ, ਕੌਣ ਕਹਿਣ ਡਿਆ 4 ਸਾਲ ਇੱਥੇ ਹੀ ਕੰਮ ਕਰੋ? ਮੇਹਰਬਾਨੀ ਪਹਿਲਾਂ 4 ਸਾਲ ਓਏ ਯਾਰ ਭਗਵਾਨ ਦੱਸਦਾ ਰਵੇਂ। ਓ ਭਗਵਾਨ, 4 ਸਾਲ ਯਕੂਬਾ ਤੇਰੇ ਦੇ ਵਿੱਚ ਤਾਕਤ ਹੋਣੀ ਕੀ ਖਾਣਾ ਹੀ ਓਏ ਭਗਵਾਨ। ਜਵਾਰਾ ਤੇਰੀ ਬੇਦੇ ਚ ਵਾ ਗਿਆ, ਖਾਣਾ ਕੀ ਹੈ? ਸਾਡੀ ਖਾਣ ਪੀਣ ਨੂੰ ਕੀ ਹੈ? ਉਹਨਾਂ ਨੇ ਤੇ ਆਪਣਾ ਭਗਵਾਨ ਨੂੰ ਮਸਲਾ ਦੱਸ ਲਿਆ, ਅਸੀਂ ਨਾ ਦੱਸੀਏ? ਕੀ ਮਸਲਾ ਤੁਹਾਡਾ? ਸਾਨੂੰ ਵੀ ਪੁੱਛ ਭਗਵਾਨ, ਅਸੀਂ ਕਿਸ ਤਰ੍ਹਾਂ ਦਿਲ ਮਾਰ ਕੇ ਇੱਥੇ ਕੰਮ ਕਰਨੇ? ਜਦੋਂ ਅਸੀਂ ਇਹਨਾਂ ਦਾ ਗਟਰ ਤੇ ਨਾਲ ਹੀ ਤੋੜੀਏ, ਤੈਨੂੰ ਕੀ ਦੱਸੀਏ ਵਿੱਚੋਂ ਕੀ ਕੀ ਨਿਕਲੇ? ਸਾਰਾ ਕੁਝ ਮੁੱਛਾਂ ਨੂੰ ਲੱਗ ਜਾਣਾ।
ਕਰੇਲੇ ਗੋਸ਼ਤ ਦੀ ਪਕਵਾ ਹੋਣਾ ਕਰੇਲੇ ਗੋਸ਼ਤ ਨਾਲ ਪੂਦਲੇ ਦੀ ਸੋਹਣੀ ਚਟਣੀ ਕੁੱਟੀ ਹੋਵੇ ਅੱਛਾ ਜੀ ਦੇਸੀ ਘਿਓ ਦੀ ਰੋਟੀ ਚੋਪੜੀ ਹੋਵੇ ਅੱਛਾ ਕੋਈ ਸੋਹਣੀਆਂ ਪੁੱਠ ਦਾ ਗੋਸ਼ਤ ਪੱਕਿਆ ਹੋਵੇ ਉੱਠ ਦਾ ਗੋਸ਼ਤ ਅੱਛਾ ਹੋਰ ਕੀ ਨਾਲ ਸਲਾਦ ਕੱਟੀ ਹੋਵੇ ਨਾਲ ਨਾਲ ਨਿੱਕੀ ਭੈਣ ਪਈ ਹੋਵੇ ਕੁੱਤੇ ਦੇ ਆ ਪੁੱਤਰਾ ਸਵੇਰ ਦੇ ਕੰਮ ਤੇ ਆਏ ਆ ਭੁੱਖ ਲਵਾਤੀ ਹੋਰ ਕੀ ਚਾਹੀਦਾ ਜੀ ਨਾਲ ਪੋਟੇ ਵਾਲੀਆਂ ਦੇਸੀ ਘਿਓ ਦੀਆਂ ਸੇਵੀਆਂ ਇੱਥੇ ਕੰਮ ਕਰਨ ਆਇਆ ਕਿ ਨਾਨੀ ਆ ਆਇਆ ਜਵਾਈ ਆ ਰਿਹਾ ਰਿਸ਼ਤਾ ਪੱਕਾ ਕਰਨਾ ਕੋਈ ਬਦਤਮੀਜ਼ੀ ਨਾ ਕਰਨਾ ਯਾਰ ਭਾਈ ਸਾਨੂੰ ਕੀ ਤੁਹਾਡਾ ਆਪਸ ਦਾ ਮਾਮਲਾ ਸਾਡਾ ਕੰਮ ਛੇਤੀ ਕੰਮ ਮੁਕਾਉਣਾ ਮਹਿਮਾਨ ਹੋਣੇ ਨੇ ਕੋਈ ਬਦਤਮੀਜ਼ੀ ਨਹੀਂ ਹੋਣੀ ਚਾਹੀਦੀ ਆ ਗਏ ਬਾਦਸ਼ਾਹ ਸਲਾਮਤ ਸਭ ਕੁਛ ਇੱਧਰ ਹੀ ਹੋਗਾ ਵਾਹ ਬੱਚਿਆ ਵਾਹ ਮੈਂ ਤੇਰੇ ਹੱਥ ਚੁੰਮਲਾ ਆਮਦ ਹੀ ਮਾਰ ਦਿੰਦਾ ਪੁੱਤਰ ਚਮਕ ਮੈਂ ਬਾਦਸ਼ਾਹ ਤੇਰੀ ਭੈਣ ਨੂੰ ਇੱਥੇ ਲੋਕੀ ਅਸਲ ਬਾਦਸ਼ਾਹ ਦੇ ਖਿਲਾਫ ਧਰਨੇ ਦੇਣ ਦੇ ਨੇ ਤੂੰ ਕੀ ਉਹ ਬਾਦਸ਼ਾਹ ਤੇ ਸੁਹਾਗ ਰਾਤ ਤੇ ਟੈਕਸ ਲਾ ਰਿਹਾ ਕੋਈ ਮਿੱਤਰ ਬੋਲਾ ਨਹੀਂ ਹੋਗਾ ਉਹ ਮਾਰੀ ਨਾਲ ਹੱਥ ਚੁਮਾ ਪਹਿਲੇ ਮੇਰੇ ਉਸਤਾਦ ਨੂੰ ਪੁੱਤਰ ਕੋਈ ਚਮਾਉਣ ਵਾਲੀ ਸ਼ੈ ਲਿਆਓ ਚਮਾਉ ਐ ਵੀ ਚਮਾ ਉਸਤਾਦ ਨੂੰ ਸਾਰੀਆਂ ਮਾਰੀਆਂ ਗਈ ਸਾਰੀਆਂ ਮਾਰੀਆਂ ਮਰਨਾ ਹੀ ਸੀ ਏਡਾ ਮਜ਼ਾਕ ਮਚਾ ਸੀ ਪੁੱਤਰ ਮੇਰਾ ਹੋਣ ਵਾਲਾ ਜਵਾਈ ਜੀ ਹਾਂਜੀ ਬੇਟਾ ਜੀ ਇਹਦੇ ਵਾਸਤੇ ਚਿੱਟਾ ਫਲਸ਼ ਲਵਾਉਣ ਲੱਗੇ ਜੀ ਓਏ ਹੈ ਜੁਆਈ ਆ ਹਾਂ ਅਬ ਹੈ ਨਾ ਆਇਆ ਉਹਦੀ ਬਹਿ ਕੇ ਬਹਿ ਕੇ ਕੀ ਆਏ ਬਾਦਸ਼ਾਹ ਜੁਆਈ ਆ ਮੇਰਾ ਹੈ ਹਾਂ ਭਾਈ ਇਹਨੂੰ ਬੱਚੀ ਦੇਣ ਲੱਗਾ ਹਾਂ ਅਸਤਗਫਰੁੱਲਾ ਇਹਨੂੰ ਤੇ ਕੋਈ ਰਸ਼ ਚੋਂ ਮਾਊ ਨਹੀਂ ਕਰਦਾ ਤੇ ਇਹਨੂੰ ਇਹ ਕੌਣ ਹੈ ਗੰਦੀ ਤਾਸ਼ ਦਾ ਗੋਲਾ ਕੌਣ ਹੈ ਅੱਛਾ ਤੁਸੀਂ ਨਾ ਬੋਲੋ ਤੁਹਾਡੇ ਮੂੰਹ ਚੋਂ ਕਲੱਚ ਪਲੇਟਾਂ ਦੀ ਬੋ ਹਮ ਬਾਦਸ਼ਾਹ ਹੈ ਅਲੇ ਵੀ ਹਮੇ ਰਿਸ਼ਤੇ ਕੀ ਹਾਜਤ ਹੋਈ ਹੈ ਉੱਠ ਤੇਰੀ ਭੈਣ ਨੂੰ ਘਰ ਨਹੀਂ ਕਰਕੇ ਆਇਆ ਤੂੰ ਇੱਥੇ ਤੈਨੂੰ ਆ ਕੇ ਹਾਜਤ ਹੋ ਗਈ ਹੈ ਮੈਂ ਬਾਦਸ਼ਾਹ ਮਲ ਬਣਾਉਂਦੇ ਆ ਕਿ ਲੈਟਰਿੰਗ ਬਣਾਉਂਦੇ ਆ ਮੈਂ ਬਾਦਸ਼ਾਹ ਹਾਂ ਤੇਰੇ ਕੋਲ ਦੱਸੋ ਬਾਦਸ਼ਾਹ ਯਤੀਮ ਹੀ ਤਾਂ ਕਾਫੀ ਚੰਗਾ ਤੂੰ ਬੋ ਇਧਰ ਆ ਬਾਦਸ਼ਾਹ ਉਹ ਕੱਲਾ ਹੀ ਰਹਿ ਉੱਧਰ ਮੈਂ ਜੀ ਕੀਮਤ ਤੇ ਹੱਥ ਨਹੀਂ ਚੁੱਕਦਾ ਅੰਦਰੋਂ ਡਾਂਗ ਲਿਆ ਬੈਂਕ ਤੋਂ ਡਾਂਗ ਲਿਆ ਡਾਂਗ ਫਸ ਗਈ ਤੇ ਬਾਦਸ਼ਾਹ ਤੇ ਮਰ ਗਿਆ ਓ ਬੇਟਾ ਥੱਲੇ ਆ ਯਾਰ ਕੀ ਕਰਨ ਦੇ ਹਮਾਰਾ ਕੁੱਲਾ ਉਤਾਰਾ ਗਿਆ ਹਮਾਰਾ ਕੁੱਲਾ ਪਕੜ ਕੇ ਰੱਖੋ ਤੁਹਾਰੇ ਕੰਮ ਆਏਗਾ ਕੁੱਲਾ ਨਹੀਂ ਨਾਲੇ ਹਮਾ ਇੱਕ ਉੱਠ ਅਸੀਂ ਲੱਕ ਚ ਮਾਰਨੀ ਮਾਮਾ ਜੀ ਦੀ ਬੈਗ ਸਾਈਡ ਆ ਅਗਲਾ ਬਜਾ ਕਿਹੜੀ ਤੇਰੀ ਜ਼ੌਂਗ ਵਾਲੀ ਬੈਂਡ ਨਿਕਲ ਰਹੀ ਹੈ
ਕੀ ਗਿਆ ਬੱਚਿਆ ਓਏ ਸਾਜੀ ਆ ਪੱਥਰ ਇਕੱਠੇ ਕਰਨ ਦਿਆ ਜੇ ਤੁਹਾਨੂੰ ਸ਼ੈਤਾਨ ਸਮਝਦਾ ਉਹ ਭਾਵੇਂ ਸਮਝੇ ਨਾ ਸਮਝੇ ਤੂੰ ਯਾਦ ਕਰਾਈ ਜਾ ਹੁਕਮ ਕਰੋ ਯਾਰ ਇਹਨੂੰ ਮਨਾ ਕਰ ਉਹ ਘਰ ਚ ਕੰਮ ਨਾ ਕਰੀਏ ਕਰੀਏ ਤੇ ਕਰਨ ਨਹੀਂ ਦਿੰਦੇ ਉਹ ਜੋ ਕਹਿੰਦੇ ਉਹ ਕੰਮ ਨਹੀਂ ਕਰਦੇ ਉਹ ਤਾਂ ਜਵਾਈ ਵੇਖ ਲੈ ਤੋਂ ਵਾਸਤੇ ਫਰਾਂ ਇਹ ਕੌਣ ਵਾ ਸਾਬਣ ਵਾਲੇ ਜਵਾਈ ਦੇ ਪਿੱਛੇ ਪਿੱਛੇ ਫਿਰਦੇ ਨੇ ਬੱਜਾ ਕਿ ਤੇ ਸਾਡੇ ਸਾਬਣ ਨਾਲ ਨਹਾ ਨਾ ਲਵੇ ਦੱਸ ਉਹਨਾਂ ਨੂੰ ਕੌਣ ਆ ਮੈਂ ਤੂੰ ਚੜੇ ਲਾਉਣ ਵਾਲੀ ਦਵਾਈ ਹੈ ਮੂੰਹ ਵੀ ਹੋ ਜਾ ਤੇ ਸੀ ਵੀ ਹੋ ਜੀ ਤੇਰੇ ਹੱਥ ਮੈਂ ਜਦੋਂ ਗਰਮਾਲਾ ਫੜਾਇਆ ਤੇ ਹੋ ਛੁੱਟ ਜੇ ਨਹੀਂ ਤੇਰਾ ਗਰਮਾਲਾ ਨਹੀਂ ਤੇਰੀ ਨਿੱਕੀ ਜੀ ਗਰਮਾਲੀ ਹੈ ਆ ਪੁੱਤਰ ਕੱਲੇ ਹੀ ਆ ਗਿਆ ਕੋਲ ਜੀ ਨਹੀਂ ਆਇਆ ਅਭੀ ਰਹੀ ਉਧਰ ਮੁੱਕ ਰਹੀ ਕਿਹਦਾ ਚੌਕਸ ਕੁੱਤੀ ਵਰਗਾ ਮੂੰਹ ਹੈ ਇਹ ਚੌਕਸ ਕੁੱਤੀ ਦੋ ਦਿਨ ਤੋਂ ਨਹੀਂ ਸੁੱਤੀ ਆਪਣਾ ਮੂੰਹ ਵੇਖ ਸਾਲੇ ਸਾਜੀ ਥੋੜਾ ਜਿਹਾ ਪਲਸਤਰ ਆਪਣੇ ਪਿੱਛੇ ਵੀ ਫੇਰੋ ਪਲਸਤਰ ਤਰੇੜਾ ਮਾਰਦਾ ਪਿਆ ہم رشتہ ہے ازدواج میں منسلک ہونے آئے ہیں جی جی او بادشاہ اوئے ایتھے اردو نہ بولیے تیری نہیں میں کہہ رہا تھا میری بہن نو ایتھے پنجابی بڑی مشکل چلن دی تے کی نہیں جتی میں نہیں بولدا ازدواج میں نہیں بولدا ہن نہیں بول جا بھاگ ہم ادھر نہیں ایتھے 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 آیا انہاں دی باہر دے راگ مغا کرن ਬੋਲੀ ਪਾ ਭਾਵੇਂ ਮਿਸਤਰੀ ਦੇ ਨਾਲ ਕਰ ਲੈ ਉਰਦੂ ਨਾ ਬੋਲ ਉਹ ਬਾਦਸ਼ਾਹ ਪੁੱਤਰ ਇਹਦੇ ਨਾਲ ਕਰਕੇ ਸਪੰਜ ਲੈ ਗਿਆ ਉਹ ਪੰਜਾਬ ਨੂੰ ਉੱਤੇ ਲੈਣੀ ਬਸ ਸਪੰਜ ਲੈ ਗਿਆ ਸਪੰਜ ਲੈ ਗਿਆ ਇਹੋ ਜਿਹਾ ਮੂੰਹ ਵੇਖਣਾ ਹੋਵੇ ਨਾ ਤੁਸੀਂ ਹਾਂ ਹੋਏ ਹੋਏ ਸਿਰ ਮੱਝ ਦੀ ਪੂਛ ਚ ਕੋਣਾ ਅੰਦਰ ਗਿਆ ਆਪਣਾ ਮੂੰਹ ਵੇਖ ਲੈ ਕਿਸ ਤਰ੍ਹਾਂ ਮੇਰਾ ਮੂੰਹ ਇੰਜ ਜਿਵੇਂ ਐਂਦਾ ਹੁੰਦਾ ਹੈ ਇੰਜ ਦਾ ਬਾਦਸ਼ਾਹ ਸਾਰਾ ਸਾਲ ਘਰੋਂ ਨਹੀਂ ਨਿਕਲਦਾ ਤੇ 5 ਦਸੰਬਰ ਨੂੰ ਘਰ ਬੜੇ ਹੀ ਰਹਿੰਦੇ ਉਹ ਕਿਉਂ ਤੇ ਮੈਂ ਨਹੀਂ ਵੀ ਤੇ ਮੈਨੂੰ ਈਦ ਮਿਲੀ ਆ ਉਹਨੇ ਹਮੇ ਰਿਸ਼ਤਾ ਨਹੀਂ ਉਹ ਯਾਰੇ ਨੂੰ ਤੇ ਮਨਾ ਕਰੋ ਯਾਰ ਓਏ ਉਹ ਮਿਸਤਰੀ ਲੱਗਾ ਹੈ ਤੂੰ ਉੱਠ ਜਾ ਅੱਛਾ ਠੀਕ ਹੈ ਠੀਕ ਹੈ ਇਹਨੂੰ ਜੀ ਪਤਾ ਮਿਸਤਰੀ ਲੱਗਾ ਤੇ ਥੱਲੇ ਤੋਂ ਥੱਲੇ ਓਏ ਪੁੱਤਰ ਥੱਲੇ ਤੂੰ ਵੀ ਇੱਥੇ ਆ ਕਾਮਯਾਬ ਮਾ ਥੱਲੇ ਚਟਾਈ ਵੀ ਵਿਛਾ ਲਿਆ ਕਰੋ ਉਹ ਮੈਂ ਮਾਹਲਾ ਕਰ ਨਹੀਂ ਦਿਆ ਘਰ ਦਾ ਚਲੋ ਕੋਈ ਗੱਲ ਮੈਨੂੰ ਵੀ ਕੁਤਵਾਣ ਜੇ ਬਹਿ ਜਾਓ ਕੀ ਹੋਇਆ ਚਲੋ ਆਪਣਾ ਘਰ ਬੇਗਮ ਨਹੀਂ ਬੇਗਮ ਵੀ ਚਾਹੀਦੀ ਕੁੜੀ ਚਾਹੀਦੀ ਓਏ ਨਹੀਂ ਰਿਹਾ ਅੱਛਾ ਬਾਦਸ਼ਾਹ ਹਾਂਜੀ ਇਹ ਸਾਰੇ ਗੁਜਰਾਲੇ ਦੀ ਰੂੜੀ ਨੂੰ ਅੱਗ ਲੱਗੀ ਆ ਬਾਬਾ ਬੁਝਾਉਂਦਾ ਕਿ ਹੁਣ ਬਰਾਨ ਦਾ ਟੱਲ ਬੁਝਾ ਦੀ ਇਹ ਉਹ ਮੇਰੀ ਭੈਣ ਕਿੱਧਰ ਰਹਿ ਗਈ ਮੇਰੀ ਭੈਣ ਮੇਰਾ ਸਾਹ ਆ ਜੋ ਬਿੰਨਾ ਆ ਪੁੱਤਰ ਜੀਤੋ ਪਾਕਿਸਤਾਨ ਉਹਦੇ ਪਿੱਛੇ ਕਵਾਜ਼ ਆਂਦੀ ਕੌਣ ਹੈ ਲੈ ਰਿਹਾ ਹੁੰਦਾ ਬੀਬੀ ਜ਼ੋਰ ਘੱਟ ਲਾ ਤੇਰੀ ਯੂਟਿਊਬ ਖੁੱਲੀ ਯੂਟਿਊਬ ਖੁੱਲੀ ਹੈ ਆਹੋ ਆ ਮਿਸਤਰੀ ਦਾ ਉੱਤੇ ਵਟਸਐਪ ਰੱਖ ਦੇ ਪਰ ਮੈਂ ਬਕਵਾਸ ਬੰਦ ਕਰੋ ਤੇ ਬੰਦੇ ਨੇ ਗੱਲ ਕਰੀਏ ਤੇ ਹਾਂ ਮੈਂ ਗਾਣੇ ਦੇ ਮਾਰ ਲੈਣਾ ਤੂੰ ਬੋਲੇ ਤੇ ਤਵਾ ਹੈ ਪਰ ਮੈਂ ਕੌਣ ਹੈ ਤੂੰ ਮੈਂ ਉਹ ਹੂੰ ਜਿਸ ਨੇ ਆਪਕੀ ਬੱਚੇ ਕੀ ਵੈਬਸਾਈਟ ਖੋਲਣੀ ਹੈ ਓਏ ਹੋਣ ਦਾ ਜਵਾਈ ਹੈ ਤੇਰਾ ਅੱਲਾ ਮੇਰੀ ਤਵਾ ਅਸਤਗਫਰ ਨਹੀਂ ਤੁਸੀਂ ਉਹਨੀ ਦੇਰ ਅੰਦਰ ਜਾਓ ਆਪਣੀ ਜਵਾਈ ਨਾਲ ਸਾਨੂੰ ਗੱਲ ਕਰਨ ਦੀ ਠੀਕ ਹੈ ਕੀ ਹਾਲ ਹੈ ਇਹ ਤੁਹਾਡਾ ਭਰਾ ਹੈ ਹਾਂ ਠੀਕ ਹੈ ਮੇਰਾ ਭਾਈ ਹੈ ਜਦੋਂ ਮਸ਼ੀਨ ਲੱਗਦੀ ਹੈ ਇਹਦੀਆਂ ਬਨਾਨਾ ਜਰਾਬਾਂ ਕਦੀ ਧੋਤੀਆਂ ਨਹੀਂ ਕੋਈ ਨੌਕਰਾਂ ਨਹੀਂ ਹੱਥ ਧੋ ਦਿੱਤੀ ਹੈ ਅੱਛਾ 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 ਹਾਂ ਇਹ ਵੀ ਹਮਾਰਾ ਡੀਐਨਏ ਹੈ ਇਹ ਵੀ ਇਹ ਖੂਨ ਹੈ ਹਮਾਰਾ ਤੁਹਾਡਾ ਖੂਨ ਹੈ ਹਾਂਜੀ ਤੁਹਾਡਾ ਤਾਂ ਮਾਸ਼ਾਅੱਲਾ ਕਾਫੀ ਗੰਦਾ ਖੂਨ ਲੱਗ ਰਿਹਾ ਹੈ
ਤੈਨੂੰ ਕੌਣ ਕਹਿੰਦਾ ਤੇਰੇ ਚ ਖੂਨ ਹੈ, ਤੇਰੇ ਚ ਕਾਂਜੀ ਹੈ। ਯੇ ਹਮਾਰਾ ਲਾਡਲਾ ਭਾਈ ਹੈ। ਅੱਛਾ ਭਾਈ, ਲਾਡ ਇਹਨੂੰ ਕੌਣ ਕਰਦਾ ਹੈ? ਮੈਂ ਕਰਤੀ ਹੂੰ। ਉਹ ਮੈਨੂੰ ਦਾਈ ਨੇ ਕਿਹਾ ਸੀ ਜੰਮਣ ਗਿਆ ਇਹਦੀ ਸਕੀ ਮਾਂ ਨੇ ਇਹਦੀ ਚੁੰਮੀ ਵਾ ਕੇ ਆਉਣੀ ਲਈ। ਕਿਉਂ? ਉਹਦੇ ਬੋਲਾ ਸੜ ਜਾ। ਇਹ ਗਲਤ ਗਾਣਾ ਹੋਣਾ ਚਾਹੀਏ। ਕੌਣ ਸਾ? ਏ ਕਿਆ ਬੋਲਤੀ ਤੂੰ? ਏ ਕਿਆ ਮੈਂ ਬੋਲੂ? ਸੁਣ ਸੁਣਾ ਬਈ, ਖੁਦਾ ਦਾ ਖੌਫ ਖਾ। ਅਸਵਾਕਾ ਤੁਹਾਡੀ ਭੈਣ ਨੂੰ ਪੈ ਗਿਆ ਜੌਨ ਸੀਨਾ। ਪੂਰੇ ਗੁਜਰਾਂ ਵਾਲੇ ਨੂੰ ਖਾ ਗਈਆਂ ਨੇ ਇਹਦੀ ਭੈਣਾਂ ਫੌਜੀਆਂ ਨੇ ਨਾ ਤੇ ਸਮੀਨਾ ਪੀਨਾ ਪੀਨਾ। ਬਕਵਾਸ ਕਰ ਰਿਹਾ ਚਾਵਲ ਦੇ ਸਾਹਮਣੇ ਕਹਿੰਦੇ ਆ ਗਿਆ ਕੰਮ ਫਾਜੀ। ਹਾਂ ਜੀ, ਓਏ ਆਪਣੇ ਅੰਦਰ ਪਾਣੀ ਵਾਲਾ ਪਾਇਪ ਲਾਓ, ਪਾਣੀ ਨਹੀਂ ਆ ਰਿਹਾ। ਫਾਜੀ ਠੀਕ ਹੋ? ਹੋਰ ਤੂੰ ਸੁਣਾ, ਇੰਨੀ ਲੇਟ ਕਿਉਂ ਆਇਆ? ਉਹ ਮੈਂ ਤੁਹਾਡੇ ਘਰ ਗਿਆ ਸੀ, ਇਹ ਪਲੇਟ ਕੋ ਲਾ ਦਿਓ। ਅੱਛਾ, ਉਸਤਾਨੀ ਨੇ ਡੰਡਾ ਘਰ ਨੂੰ ਆਇਆ। ਓਏ ਭਾਬੀ ਨੂੰ ਅਰਬੀ ਸਟਾਈਲ ਪਸੰਦ ਹੈ? ਅਰਬੀ ਸਟਾਈਲ ਭਾਬੀ ਡਾਂਸ ਕਰਨ ਲਈ ਆ? ਖੋਤੀ ਦੇ ਆ ਬੱਚਿਆ, ਖੋਤੀ ਦਾ ਬੱਚਾ ਫੀਨਾ ਹੁੰਦਾ ਜੀ। ਹਾਂ ਹੋਰ ਸੁਣਾ? ਅੱਲਾ ਸ਼ੁਕਰ, ਠੀਕ ਠਾਕ ਹੈ? ਅੱਲਾ ਦਾ ਸ਼ੁਕਰ। ਕੀ ਹਾਲ ਹੈ? ਇਹਦੇ ਘਰ ਮੌਲਵੀ ਸੁਣਦਾ ਕਰਨਾ, ਕਹਿੰਦਾ ਖਲ ਮੈਨੂੰ ਦੇਣੀ ਜੇ। ਤੈਨੂੰ ਰੌਲਾ ਪਾਤਾ, ਮੈਂ ਟਕਾ ਟਕ ਖਾਣੇ ਆ। ਉਹ ਕਿਹੜੇ ਟਕਾ ਟਕ ਹੁੰਦੇ ਨੇ ਸਾਲੇ? ਇਹਦੇ ਘਰ ਦੁੱਧ ਦੇਣ ਆਇਆ ਤੇ ਇਹਦੀ ਭੈਣ ਕਹਿੰਦੀ ਪਤਲਾ ਹੈ, ਤੂੰ ਕਹਿੰਦਾ ਡਾਕਟਰ ਨੂੰ ਵਹਾ, ਮੈਨੂੰ ਕੀ ਕਹਿੰਦੀ? ਇਹਦੀ ਬੁੱਢੀ ਕਹਿੰਦੀ ਰਾਤੀ ਬਿੱਲੀ ਸਾਰਾ ਦੁੱਧ ਪੀ ਕੇ ਕਹਿੰਦਾ ਤੂੰ ਕਮੀਜ਼ ਲਾ ਕੇ ਸੁੱਤੀ ਕਿਉਂ ਸੈਂ? ਸਭ ਤੋਂ ਪਹਿਲਾਂ ਤੇ ਇਹ ਜਦੋਂ ਪੈਦਾ ਹੋਇਆ ਨਾ, ਅੱਛਾ, ਯਕੀਨ ਕਰੋ ਕਿ ਨਾ ਦਾਈ ਨੂੰ ਦਿਸਿਆ ਨਾ ਆਪਣੀ ਅੰਮੀ ਨੂੰ ਦਿਸਿਆ। ਅੱਛਾ, ਇਹਦੀ ਅੰਮੀ ਨੇ ਗਾਣਾ ਗਾਇਆ, ਅੱਲਾ ਦਿਸਾ ਤੂੰ ਦਿਸਦਾ ਤੇ ਨਹੀਂ ਦਿਸਿਆ। ਇੱਧਰ ਤੇ ਵੇਖ ਨਾ, ਮੇਰੇ ਮੈਂ ਭੈਣ ਦੇ ਨਹੀਂ, ਮੈਨੂੰ ਮੇਰੇ ਵੇਖਣ ਨੇ ਜਹਾਜ਼ ਦੇ ਵਿੱਚ ਇੱਕ ਬੰਦੇ ਦੇ ਜਹਾਜ਼ ਤੇ ਬਹਿ ਗਏ, ਕਹਿੰਦਾ ਮੈਂ ਬਾਹਰ ਜਾਣਾ। ਉਹਨੇ ਕਿਹਾ ਜਿੰਦੇ ਤੇ ਤੂੰ ਬੈਠਾ ਇਹਨੇ ਅੰਦਰ ਜਾਣਾ। ਅੱਛਾ ਯਾਰ, ਭੁਲੇਖੇ ਦੀ ਗੱਲ ਹੈ ਨਾ, ਬੰਦਾ ਭੁੱਲ ਵੀ ਸਕਦਾ। ਉਹ ਖਾਲਾ ਜੀ ਨੂੰ ਨਾ ਕਿਸੇ ਨੇ ਪਹਿਲੀ ਵਾਰੀ ਸ਼ਵਾਰਮਾ ਦਿੱਤਾ, ਅੱਛਾ, ਦੰਦੀ ਮਾਰਨ ਦੀ ਬਜਾਏ ਉਹਨੂੰ ਚੂਪਣ ਲੱਗ ਗਈ। ਔਰ ਅੱਲਾ ਜਾਣਦਾ ਮੈਨੂੰ ਇੰਨੀ ਤਕਲੀਫ ਹੋਈ। ਉਹ ਤਾਂ ਹੱਸ ਰਹੀ ਹੈ, ਕੋ ਇਹ ਸ਼ਕਲੋ ਹੀ ਕਰਪਟ ਲੱਗਦੀ ਹੈ, ਮੂੰਹ ਸੁਗਾ ਫੀਮ ਖਾਂਦੀ ਜੇ। ਅੱਛਾ ਇਹੋ ਜਿਹੀ ਔਰਤਾਂ ਸੁਹਾਗ ਰਾਤ ਨੂੰ ਉਹਨੇ ਬੰਦੇ ਨੂੰ ਕਹਿਣ ਦਿੰਦੇ ਵੀ ਮੀਦਿਆਂ ਮਜ਼ਾ ਵੀ ਆਉਣ ਡਿਆ ਕਿ ਬੈਠ ਕੇ ਲੈ ਆਉਣ ਡਿਆ? ਤੇ ਬੱਚੇ ਵੀ ਤੇ ਫੀਨੇ ਹੁੰਦੇ ਨਾ। ਓਏ ਬਕਵਾਸ ਕਰ ਰਹੇ, ਖਾਲੀ ਮੋਟਰਸਾਈਕਲ ਲੈ ਕੇ ਕੰਧ 'ਚ ਮਾਰਦੀ। ਮੈਂ ਕਿਹਾ ਇਹ ਕੀ ਕੀਤੀ? ਕਹਿੰਦੇ ਚੁੱਕਾ ਜਿਹਾ ਰਾਤੀ ਫਿਲਮ 'ਚ ਤੇ ਲੰਘੀ ਸੀ। ਬਕਵਾਸ ਕਰ ਰਿਹਾ, ਗੋਸ਼ ਤੇ ਭਾਈ ਸਾਰੇ ਬੈਠੇ ਤੁਸੀਂ? ਹਾਂ ਮਾਸ਼ਾਅੱਲਾ, ਸ਼ਾਦੀ ਸ਼ੁਦਾ ਸਾਰੇ ਬੰਦੇ ਹੋ ਸਾਰੇ। ਇਹ ਦੇਖੋ ਜ਼ਰਾ ਗੋਸ਼ ਦਾ ਮੂੰਹ, ਠੀਕ ਹੈ? ਕੁਛ ਹੈ ਯਾਦ ਆਈ ਜੇ? ਖੋਲ ਕੇ ਵਾ, ਖੋਲ ਕੇ। ਉਹ ਖੋਲ ਕੇ ਕੀ ਹੈ? ਅੰਨੀ ਦੇ ਆ ਜੀ, ਐਡਾ ਕਮਜ਼ੋਰ, ਐਡਾ ਮਾੜਾ। ਹਾਂ ਕਸਮ ਚੁੱਕੀ ਤੇ ਖਲੀਆਂ ਪੈ ਗਈ। ਖਲੀ ਵਲੀ ਹੋਣ ਦੇ, ਆ ਜਾਓ ਆ ਜਾਓ ਭੈਣ, ਆ ਜਾਓ ਆ ਜਾਓ ਆ ਜਾਓ, ਇਹ ਨਾਲ ਚਲੇ ਜਾਓ। ਆ ਜਾਓ ਆ ਜਾਓ, ਇੱਧਰ ਨਾ ਜਾਣਾ, ਇੱਧਰ ਸਾਰਾ ਧੋਆ ਖਿਆ ਮਾਲ ਜੇ। ਇੱਧਰ ਤੇ ਫਰੈਸ਼ ਨੇ ਨਾ? ਹਾਂ ਉਹ ਇਹਦੀਆਂ ਭੈਣਾਂ ਤੇ ਸਵੇਰੇ ਸਵੇਰੇ ਹੀ ਵੇਚ ਦਿੰਦੇ। ਕਿਹਦੀਆਂ ਭੈਣਾਂ? ਉਹ ਮੇਰੀਆਂ, ਜਿਹੋ ਜਿਹਾ ਮੂੰਹ ਡਿੰਗਾ ਚਿਬੈ। ਅੱਛਾ ਕੋਸ਼ਿਸ਼, ਮਾਸ਼ਾਅੱਲਾ ਡਰਾਮੇ ਡਰੂਮੇ ਚ ਕੰਮ ਲੱਗ ਪਿਆ, ਚਾਰ ਪੈਸੇ ਆ ਗਏ, ਸ਼ੋਹਾ ਹੋ ਗਿਆ। ਵਰਨਾ ਐਡਾ ਗਰੀਬ ਸੀ ਸਾਲਾ, ਇਹਨਾਂ ਦੇ ਮੱਲੇ ਚ ਹਾਲੇ ਵੀ ਸਭ ਤੋਂ ਮਹਿੰਗਾ ਫਰੂਟ ਬੇਰ ਏ। ਉਹ ਤੁਸੀਂ ਯਕੀਨ ਕਰੋ, ਇਹਦੀ ਭੈਣ ਕੋਲ ਪਾਉਣ ਵਾਸਤੇ ਬਨੈਣ ਵੀ ਨਹੀਂ ਸੀ ਹੈਗੀ ਭਾਜੀ, ਕਿਨੂੰ ਦੀਆਂ ਛਿੜੜਾਂ ਨੂੰ ਧਾਗਾ ਬੰਨ ਕੇ ਤਾਂ ਬੰਨੇ ਆਉਂਦੇ ਸਾਲੀ ਨੇ। ਤਾਈ ਕਹਾ, ਇਹਦੇ ਘਰੋਂ ਜਿਹੜਾ ਵੀ ਬੰਦਾ ਨਿਕਲਦਾ ਉਹ ਕਹਿੰਦਾ ਔਰੇਂਜ ਫਲੇਵਰ ਏ। ਐਡਾ ਸਾਰਿਆ ਜਿੰਨਾ ਜਿਸ ਪਾਸੇ ਤੂੰ ਰਹਿੰਦਾ ਨਾ, ਜਿਹੜੇ ਗਰੀਬ ਇਲਾਕੇ ਦੇ ਵਿੱਚ ਉੱਥੇ ਗਲੀਆਂ ਵੀ ਐਡੀ ਐਣੀਆਂ ਨੇ ਤੁਹਾਡੇ ਇਲਾਕੇ 'ਚ, ਉਹ ਤੁਹਾਡਾ ਤੇ ਮੁਰਦਾ ਮਰ ਜਾਵੇ ਖਲਾਰ ਕੇ ਖੜਦੇ ਹੋ। ਉਹਦੇ ਕੰਨ 'ਚ ਗਾਣਾ ਪੈਂਦਾ, ਉਹ ਮੰਜੀ ਆ ਗਈ ਹੈ ਛਾਲ ਮਾਰ ਕੇ ਫਿਰ ਉੱਤੇ ਹੁੰਦਾ। ਠੀਕ ਹੈ ਜਾਓ ਫਿਰ ਸਾਰੇ, ਐਡਾ ਐਡਾ ਤੁਸੀਂ ਸਾਰੇ ਉਹਨਾਂ ਨਾਲ ਰਲੇ ਹੋ, ਸਿਰਫ ਉਹਦੀ ਭੈਣ ਨੇ ਇੱਥੇ ਨੱਚਣਾ ਹੋਣਾ, ਇੱਥੇ ਤੇਰੀ ਨੇ ਵੀ ਨੱਚਣਾ। ਅੱਲਾ ਮਾਫ ਕਰੇ, ਸਾਡੀਆਂ ਇੱਥੇ ਨਹੀਂ ਨੱਚਦੀਆਂ। ਸਾਡੀਆਂ ਕਿੱਥੇ ਨੱਚਦੀਆਂ? ਲਾਹੌਰ। ਐਡਾ ਕਮਜ਼ੋਰ, ਐਡਾ ਮਾੜਾ, ਬਾਰਿਸ਼ ਨਾਣ ਗਿਆ, ਪਹਿਲੀ ਕੜੀ ਤਾਲੂ ਚ ਵੱਜੀ ਤੇ ਕੋਮੇ ਚਲਾ ਗਿਆ। ਮੈਂ ਰਾਤੀ ਕੋਮੇ ਨਾਲ ਵੀ ਚਲਾ ਗਿਆ। ਨਾ ਯਾਰ, ਕੁਛ ਨਾ ਕਿਹਾ
ਵਾਹਤ ਬੰਦਾ ਦੁਨੀਆ ਦੀ ਮਾਂ ਬੜੀ ਖੁਸ਼ ਹੈ ਤੇ ਕਰੋ ਉਹ ਕਿਉਂ ਜੰਮਣ ਲੱਗਿਆ ਤਕਲੀਫ ਨਹੀਂ ਦਿੱਤੀ ਵੈਸੇ ਹੀ ਹੋ ਗਿਆ ਉਸਤਾਦ ਨਾਲ ਵੈਸੇ ਹਰ ਜਗ੍ਹਾ ਹੀ ਹੈਂਗ ਹੋਇਆ ਉਹ ਦਾਬੜਾ ਲਾ ਕੇ ਚਿੜੀਆਂ ਨਹੀਂ ਫੜੀ ਦੀਆਂ ਉਸਤਾਦ ਨੇ ਵੀ ਦਾਬੜਾ ਲਾਇਆ ਕਿਤੇ ਚਾਰ ਚਿੜੀਆਂ ਇਕੱਠੀਆਂ ਆ ਗਈਆਂ ਉਸਤਾਦ ਚਿੜੀ ਖਿੱਚਣ ਗਿਆ ਉਹਨਾਂ ਇਹਨੂੰ ਅੰਦਰ ਖਿੱਚ ਕੇ ਦਾਬੜੇ ਚੋ ਜੁੱਤੀ ਮਾਰੀ ਅਪੀਨਾ ਨੀ ਇਹਦਾ ਪਿਓ ਸਾਈਕਲ ਤੋਂ ਡਿੱਗ ਪਿਆ ਇਹਦੀ ਮਾਂ ਚੁੱਕ ਕੇ ਲੈ ਗਈ ਸਾਲੇ ਦੀ ਮੇਰੇ ਤੇ ਹੀ ਪੈ ਗਿਆ ਇਹਦੀ ਭੈਣ ਨੇ ਤੋਤਾ ਰੱਖਿਆ ਇਹਦੀ ਭੈਣ ਨੇ ਬੰਦਾ ਰੱਖਿਆ ਮੈਨੂੰ ਕਹਿੰਦਾ ਤੇਰੇ ਕੋਲ ਫੀਮ ਹੈ ਮੈਂ ਕਿ ਕਿਉਂ ਕਹਿੰਦਾ ਮੈਂ ਕਿਸੇ ਨੂੰ ਦੇਣੀ ਮੈਂ ਕਿਹਾ ਲੋਕੀ ਖਾ ਕੇ ਲੈਂਦੇ ਤੂੰ ਦੇਣੀ ਇਹ ਸਾਲਾ ਕਾਲਾ ਪਹਿਲੇ ਬੜਾ ਸੋਹਣਾ ਹੁੰਦਾ ਸੀ ਗੋਰਾ ਚਿੱਟਾ ਜਿਹੜੀ ਮੋਟੀ ਅੱਖ ਫਿਰ ਇਹ ਨੂੰ ਪਠਾਣਾ ਲੈ ਗਿਆ ਉਹਨੂੰ ਮਜ਼ਾ ਨਹੀਂ ਆਉ ਜਾਂਦੇ ਅੱਗ ਲਾ ਕੇ ਅਫੀਨਾ ਸ਼ਰਾਬ ਪੀ ਕੇ ਕੁੱਤੇ ਦੇ ਮੂੰਹ ਚ ਮੂੰਹ ਪਾ ਕੇ ਅੱਬਾ ਹੀ ਘਰ ਪਿਓ ਲਾਉਂ ਗਿਆ ਮੋਟਰਸਾਈਕਲ ਤੇ ਜਾ ਰਿਹਾ ਅਫੀਨਾ ਮੋਟਰਸਾਈਕਲ ਤੇ ਜਾ ਰਿਹਾ ਹੈਲਮਟ ਪਾਇਆ ਭੁੱਲ ਗਿਆ ਤੇ ਵਿੱਚ ਹੀ ਥੁੱਕਦਾ ਕਿੱਥੇ ਥੁੱਕਦਾ ਯਾਦ ਹੈ ਸਾਲ ਨੂੰ ਵੈਸੇ ਕੁਛ ਹੀ ਬੜਾ ਕਮਾਲ ਆਦਮੀ ਦਰਖਤ ਔਰਤ ਦਾ ਬੱਚਾ ਉਹ ਇਹਦੀ ਮਾਂ ਨੂੰ ਕੁਛ ਨਹੀਂ ਕਹਿਣਾ ਕਿਉਂ ਬੜੀ ਅਜ਼ੀਮ ਔਰਤ ਹੋਈ ਇਹਦੀ ਮਾਂ ਮਾਂ ਨੂੰ ਕੁਛ ਨਹੀਂ ਕਹੀ ਮਾਂ ਨੂੰ ਬੜੀ ਅਜ਼ੀਮ ਔਰਤ ਹੋਈ ਹੈ ਉਹ ਕਿਵੇਂ ਕੋਸ਼ੀ ਇਹਦੇ 6 ਭੈਣ ਭਰਾ ਸਨ ਬਚਪਨ 'ਚ ਵਾਲਸਾ ਫੌਤ ਹੋ ਗਏ ਇਹਨਾਂ ਦੀ ਮਾਂ ਨੇ ਬੜੀ ਮਿਹਨਤ ਕੀਤੀ ਅੱਛਾ ਬੜੀ ਮਿਹਨਤ ਕੀਤੀ ਨੰਗੇ ਪਿੰਡੇ ਮਜ਼ਦੂਰੀ ਕੀਤੀ ਨੰਗੇ ਪਿੰਡੇ ਹਾਏ ਹਾਏ ਇਹਨੂੰ ਕਹਿੰਦੇ ਨਹੀਂ ਦੁੱਧ ਪਸੀਨੇ ਦੀ ਕਮਾਈ ਹਾਂ ਕਮਜ਼ੋਰ ਐਡਾ ਮਾੜਾ ਇਹਦੇ ਕੋਲੋਂ ਤੇਜ਼ ਬੱਸ ਲੰਘੀ ਤੇਰੇ ਪੱਟੀਆਂ ਕਰਾ ਉਹ ਕਿਉਂ ਕਹਿੰਦਾ ਵਾਜਣ ਦੀ ਫੇਰ ਵੀ ਤੇ ਕਰਾਉਣੀ ਸੀ ਏਡਾ ਕਾਲਾ ਏਡਾ ਕਾਲਾ ਕਿ ਏਡਾ ਹੀ ਕਾਲਾ ਮੈਂ ਤੇ ਘਰ ਗਿਆ ਕੁੰਡੀ ਖੜਕਾਈ ਬਾਹਰੋਂ ਦੀ ਮਾਂ ਆਈ ਮੈਂ ਕਿਹਾ ਖਾਲਾ ਇਧਰ ਕਾਲੇ ਨੂੰ ਬਾਹਰ ਕਢੋ ਇਹਦੇ ਤੋਂ ਹਟੂਟ ਕਾਲਾ ਨਿਕਲ ਕੇ ਕਹਿੰਦਾ ਕਾਲਾ ਘਰ ਬਣੀ ਤੁਸੀਂ ਦੋਵੇਂ ਕੱਲ ਸਿਵਲ ਹਸਪਤਾਲ ਪਹੁੰਚੋ ਕਿਉਂ ਤੁਸੀਂ ਸਹੀ ਨਹੀਂ ਜੰਮੇ ਤੁਹਾਡਾ ਦੂਜਾ ਚੱਕਰ ਲਵਾਈ ਜਾਂ ਕਰੋਨੀ ਨੂੰ ਪੁੱਛ ਰਹੇ ਸਾਡੀ ਕੀ ਗੱਲ ਹੈ ਹਾਂ ਕਿਹੜੀ ਜੁੱਤੀ ਪਾ ਦੋ ਨੇ ਆਹ ਦੇਖੋ ਕਿੱਡਾ ਮੌਜੂਦ ਬਣੇ ਆ ਹਾਂ ਇਹੋ ਜਿਹੇ ਬੰਦੇ ਪਰੀ ਮਹਿਫਲ ਜੇ ਇਹੋ ਜਿਹੇ ਪਦ ਮਾਰਦੇ ਨੇ ਮੈਂ ਤੁਹਾਨੂੰ ਬਕਵਾਸ ਕਰਦਾ ਉਦੋਂ ਤੇ ਇਹ ਕਹਿੰਦੀ ਨਹੀਂ ਹੈ ਕਿ ਘੱਟ ਕਰ
ਅੱਜ ਉਹ ਗੱਲਾਂ ਕਰਨ ਵਾਲੇ ਉਹ ਮੋਟਾ ਲਵੇ ਬਾ ਗੱਲਾਂ ਕਰਨ ਵਾਲੇ ਕੱਲਿਆਂ ਮੇਰਾ ਦਿਲ ਨਹੀਂ ਲੱਗਦਾ ਨਾਲ ਕੋ ਬੰਦਾ ਪਾ ਦੇ ਹਾਏ ਤੇਰੇ ਨਾਲ ਪਠਾਨ ਨਾ ਪਾ ਦਈਏ ਇਸ ਤਰ੍ਹਾਂ ਫਿਰ ਭੰਨ ਤੋੜ ਜ਼ਿਆਦਾ ਹੋ ਜਾਏਗੀ ਉੱਥੇ ਉੱਥੇ ਲਵਾਂ ਬਾ ਕੋਈ ਇੱਥੇ ਗਿੱਲੀ ਹੈ ਜਗਾ ਓਏ ਉਹ ਗੱਲਾਂ ਨਾ ਕਰ ਸਾਰੀ ਮੰਨ ਲੰਮਾ ਪਾ ਬਸ ਹੁਣ ਕਿਹੜੇ ਪਾਸੇ ਪੈਣਾ ਜੀ ਉਹ ਚੱਲ ਸਿੱਧਾ ਹੋ ਸਾਹਿਬ ਜੀ ਵੇਖ ਲਓ ਤੁਸੀਂ ਵੇਖ ਕੇ ਹੀ ਮਾਰਾਂਗੇ ਅਦਰ ਡਿੱਕੀ ਉੱਚੀ ਹੈਲੋ ਰੱਖ ਪਾਣਾ ਓਏ ਓੜਾ ਮੁਧਾਨ ਪਹਿਲੀ ਯੈਸ ਤੇਰੇ ਸੱਤੇ ਯੈਸ ਅਦਰ ਹੋ ਜਾ ਆ ਲਓ ਲਓ ਓਏ ਹੋਏ ਮਾਰ ਖਾਣ ਦੇਣੀ ਕਿ ਨਹੀਂ ਦੇਣੀ ਹੌਲੀ ਮਾਰੋ ਤੁਸੀਂ ਵੀ ਇੰਨਾ ਤਸ਼ੱਦਦ ਨਾ ਕਰੋ ਤੁਸੀਂ ਘਰੋਂ ਨਿਕਲਦੇ ਨੀ ਅਜੇ ਥੋੜੀ ਜੀ ਕੈਚਅਪ ਲਾ ਲਓ ਨਿੱਕੇ ਸਮੋਸਿਆਂ ਤੇ ਇੰਨਾ ਜ਼ੁਲਮ ਚੰਗਾ ਨਹੀਂ ਹੁੰਦਾ ਚੱਲ ਇੱਕ ਹੋਰ ਸੁੱਟ ਓਏ ਉਹ ਸਿੱਧਾ ਉਹ ਵੇਖ ਓਏ ਉਹ ਤੇ ਭਾਈ ਫੂਕਾਂ ਮਾਰ ਮਾਰ ਛਿੱਤਰ ਮਰਵਾ ਰਹੇ ਓਏ ਹੋਰ ਕਿਹੜਾ ਹੋਰ ਜੀ ਆ ਜਾ ਸੁੱਕਾ ਜਾ ਆਇਆ ਇਹਨੂੰ ਬਹੁਤੇ ਮਾਰੋ ਇਹ ਮੌਂਗਰੇ ਖਾਣ ਵਾਲੀ ਮਾਂ ਦੇ ਬੱਚੇ ਉਰੇ ਆਇਆ ਏ ਲੰਮਾ ਪੈ ਓਏ ਲੁਕੀ ਸ਼ਾਹ ਦੇ ਨਾਲ ਲੰਮਾ ਚੱਲ ਲੰਮਾ ਸਰਾਣਾ ਕੋਈ ਨਹੀਂ ਇੱਥੇ ਕਿਤੇ ਅਫਸਰ ਲੰਮੇ ਪਾ ਦੇ ਲੰਮਾ ਪਿਆ ਏ ਸਰਾਣਾ ਐਡਾ ਤੂੰ ਖਾਬ ਵੇਖਣੀ ਏ ਲੰਮਾ ਓਏ 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 ਹੋ ਗਿਆ ਤਸ਼ੱਦਦ ਹੋ ਗਿਆ ਇਹ ਕਿ ਤਸ਼ੱਦਦ ਇਹਦੀਆਂ ਹੀ ਬਾਲਾਂ ਸੁਣਨੀ ਆ ਤੁਸੀਂ ਲੰਮਿਆ ਪੈ ਸਰ ਤੁਸੀਂ ਪਿਛਲੇ ਸਾਲ ਦੀ ਛਾਪਾ ਮਾਰਨ ਤੁਰੇ ਹੋ ਵਰਦੀਆਂ ਤੇ ਬਦਲ ਨਹੀਂ ਗਈਆਂ ਬਦਲ ਜਪਤਾ ਅਦਰ ਬਚਪਨ ਚ ਪਛਾਣੀ ਸੀ ਤੁਹਾਡੇ ਚ ਜ਼ਰੂਰਤ ਮੇਰੇ ਉਸਤਾਦ ਨੂੰ ਹੱਥ ਲਾ ਕੇ ਵਹਾਓ ਮਾਰ ਕੇ ਵਹਾਓ ਕੱਲ ਤਾਂ ਤੁਸੀਂ ਫੜਾਇਆ ਹੀ ਨਹੀਂ ਕੱਲ ਫੜ ਫੜ ਮਿਹਰਬਾਨੀ ਅੱਛਾ ਹੋਰ ਕਿਹੜਾ ਰੁਸਤਮ ਡੇਰੀ ਕਿਉਂ ਤੇ ਤੁਹਾਡੀ ਆਪੇ ਹੀ ਸਹੂਲਤ ਇਹ ਲੱਗਦਾ ਆਦੀ ਮੁਜਰਮ ਆ ਚਲ ਆ ਮਾਰ ਆ ਟਿੱਕੀ ਉੱਚੀ ਏ ਟਿੱਕੀ ਦੁੱਕੀ ਚੁਕਾ ਜਾਣਿਆ ਹਾਂ ਅੱਜ 5 ਵਜਣਾ ਤੇ ਤੂੰ ਹਰੇ ਕੀ ਮਰਾਉਣ ਤਰੇ ਆ ਤੂੰ ਲਾ ਜ਼ਿੰਦਗੀ ਨਹੀਂ ਮਸਾਜ ਕਰਾ ਰਹੇ ਤੁਸੀਂ ਥੁੱਕ ਘੱਟ ਲਾ ਰਹੇ ਹੋ ਅੱਛਾ ਉਹ ਨਾ ਮਿਸਤਰੀ ਦੀ ਬੇਗਮ ਦਾ ਜੀ ਭਾਬੀ ਉਹਨਾਂ ਨੇ ਨਹੀਂ ਆਉਣਾ ਠੀਕ ਹੈ ਵਾੜ ਲਓ ਬੰਦਾ ਕੀ ਭੈਣ ਨਹੀਂ ਹੈ ਚਲੋ ਉਸਤਾਦ ਜੀ ਸੁੱਟੋ ਮਸਾਲਾ ਬੰਦ ਕਰੋ ਮਾਰਿਆ ਓਏ ਚੋਲੀ ਓਏ ਚੋ
ਮਕਾਨ ਸਾਰਾ ਅਸੀਂ ਬਣਾਇਆ ਜੇ ਤੂੰ ਬਾਜੀ ਸਮੀਨਾ ਦਾ ਮਕਾਨ ਤੂੰ ਬਣਾਇਆ ਹਾਂਜੀ ਹਾਂਜੀ ਉਹ ਮੈਂ ਤੇਰੇ ਸਦਕੇ ਜਾਂ ਖੈਰ ਹੋਵੇ ਮੈਂ ਤਾਂ ਤੈਨੂੰ ਬੜੇ ਅਰਸੇ ਦਾ ਲੱਭ ਰਿਹਾ ਸਾਂ ਕਿਉਂ ਖੈਰ ਉਹ ਬਾਜੀ ਹੋਰਾਂ ਦਾ ਇੱਕ ਪੈਗਾਮ ਸੀ ਕੀ ਉਹ ਕਹਿੰਦੇ ਨੇ ਮਕਾਨ ਤਾਂ ਤੁਸੀਂ ਬਣਾ ਹੀ ਦਿੱਤਾ ਹੈ ਹਾਂ ਤੇ ਟਾਈਮ ਕੱਢ ਕੇ ਪਲਸਤਰ ਵੀ ਤਾਂ ਕਰਕੇ ਜਾਓ ਨਾ ਓਏ ਅੰਨੀ ਮਾਂ ਦੇ ਬੱਚੇ ਨੇ ਪਲਸਤਰ ਵਿੱਚ ਛੱਡੇ ਉਹ ਸਬਜ਼ੀ ਹੁਣੇ ਲੈ ਜਾਓ ਹੁਣੇ ਮੌਕਾ ਹੈ ਸਬਜ਼ੀ ਵੇਖੋ ਤੁਸੀਂ ਮਾਈ ਬਾਪ ਜੀ ਸਾਡੇ ਹਾਂਜੀ ਹਾਂਜੀ ਬਾ ਮੇਰੇ ਉਹਨਾਂ ਕੋਈ ਆਪਣਾ ਕੋਈ 7-8 ਦਿਨ ਕਢਾ ਦਿਓ ਕਹਿ ਕੇ Small hole is on the back. And is that you not calling website?
ਐਂਡ ਤੁਸੀਂ ਤਾਂ ਪਹਿਲਾਂ ਦੋ ਨਿੱਕੇ ਨਿੱਕੇ ਗੂਗਲ ਛੱਡੋ ਐਂਡ ਵੈਬਸਾਈਟ ਆਪ ਹੀ ਖੁੱਲ ਜਾਏਗੀ ਸਾਜੀ ਯੂ ਯੂ ਸੀ ਮਾਊਸ ਯਾ ਯੈਸ ਥਿਸ ਇਜ਼ ਮਾਊਸ ਮਿਕੀ ਮਾਊਸ ਮਿਕੀ ਮਾਊਸ ਅਗਰ ਤੁਸੀਂ ਸਾਰੀਆਂ ਸਾਈਟਾਂ ਖੋਲ ਲਈਆਂ ਨੇ ਤੇ ਮੇਰਾ ਮਾਊਸ ਹਲਾਓ ਮਾਊਸ ਓ ਜੀ ਯੂ ਆਰ ਬਲੈਕੀ ਓ ਮਾਈ ਗੋਡ ਹਾਊ ਸਵੀਟ ਯੂ ਤੈਨੂੰ ਪਵਾ ਸੀ ਨਹੀਂ ਤੋ ਆਪ ਮੁਝੇ ਆਈ ਲਵ ਯੂ ਕਹਿ ਸਕਤੇ ਹੈ ਮੈਂ ਕਿਉਂ ਕਹੂੰ ਆਈ ਲਵ ਯੂ ਕਮ ਔਨ ਕਮ ਔਨ ਟੇਕ ਆਲ ਇਸ ਸਟ੍ਰਾਬੇਰੀ ਫਲੇਵਰ ਓਏ ਜਾਈ ਤੂੰ ਹੋ ਗਈ ਇੱਥੇ ਤੂੰ ਇੱਥੇ ਇੱਥੇ ਤੂੰ ਇੰਗਲਿਸ਼ ਅੰਗਰੇਜ਼ੀ ਤੋਂ ਥੱਲੇ ਨਹੀਂ ਖਲੋਂਦਾ ਲਾਰੀ ਅੰਡੇ ਸਿਰਫ ਤੈਨੂੰ ਤਾਂ ਰੱਖਿਆ ਕਿ ਲੈਟਰੀ ਚੋਂ ਮੋਬਾਈਲ ਔਰ ਮੁੰਦਰੀਆਂ Yes, can I say something you please don't mind? Mr. Harry! Hey, yo, hey! Now I shall please to silence and challenge you, my wife and the mom, I say, what the boy, I say, kill her. I know that what you are saying to me, and just listen to me, put your chippa on your back. Ask the parents to miss the master to get them up and I'll stroll the watch out. All people... Hi, Baksha. Hanji, Pani. Ji, Pani. Ji, ਪਾਣੀ ਤੇਰੇ ਪਿਓ ਨੂੰ ਸੁੱਟਣਾ ਪਾਣੀ ਤੇ ਇਹ ਕੌਣ ਹੈ ਯਾਰ ਇਹ ਕੀ ਹੈ ਉਹ ਮਜ਼ਦੂਰ ਹੈਗੇ ਨੇ ਖੈਰ ਮੇਰੀ ਬਾਸ ਨੇ ਮੈਂ ਮਾਡਲ ਹਾਂ ਮੈਂ ਸੇ ਤਮੀਜ਼ ਸੇ ਬਾਤ ਕਰਨੀ ਹੈ ਬਹੁਤ ਪੈਸਾ ਕਮਾਤੀ ਹੂੰ ਮੈਂ ਓਕੇ ਕਮ ਆਨ ਬੇ ਮੁਝੇ ਇਜ਼ੀ ਨੇ ਤੁਮੇ ਦੇ ਕੇ ਮੁਝੇ ਗਾਣਾ ਯਾਦ ਆਏ ਅਗਰ ਤੂੰ ਕਹੋ ਤੋ ਮੈਂ ਗਾਉ ਜੀ ਜੀ ਚਿੱਟੀਆਂ ਕਲਾਈਆਂ ਵੇ ਹਮੇ ਵੀ ਮੇਰੀ ਚਿੱਟੀਆਂ ਕਲਾਈਆਂ ਵੇ 1 2 3 4 ਲਾਈਕ ਇਟਸ ਅ ਸੌਂਗ ਬਟ ਚਿੱਟੀਆਂ ਕਲਾਈਆਂ ਵੇ ਚਿੱਟੀਆਂ ਕਲਾਈਆਂ ਵੇ ਹਮੇ ਵੀ ਮੇਰੀ ਚਿੱਟੀਆਂ ਕਲਾਈਆਂ ਵੇ ਓ ਮਿਸਤਰੀ ਬਾਜੀ ਤੇਰੀ ਮਿਲੀ ਤੇ ਨੰਬਰ ਦੇ ਕੇ ਗਈ ਦਿਨ ਰਾਤੀ ਹੁਣ ਮੈਨੂੰ ਫੋਨ ਕਰਦੀ ਪਈ ਖਾ ਕੇ ਮੇਰੇ ਪੈਸੇ ਕਿਤੇ ਹੋਰ ਫਸ ਗਈ ਹੁਣ ਜੇ ਮਿਲੇ ਤੇ ਮੇਰੇ ਵੱਲੋਂ ਕਈ ਚਿੱਠੀਆਂ ਕਲਾਈਆਂ ਚਿੱਠੀਆਂ ਕਲਾਈਆਂ ਬੇ ਚਿੱਠੀਆਂ ਕਲਾਈਆਂ ਬੇ ਬਾਬੂ ਮੇਰੀ ਚਿੱਠੀਆਂ ਕਲਾਈਆਂ ਬੇ ਇੱਕ ਬੰਦਾ ਤੇਰੀ ਪੈਨ ਚੁੱਕ ਕੇ ਤੇ ਲੈ ਗਿਆ ਅੰਦਰ ਪਤਨ ਬੈਠ ਸੀ ਸਰਾਣਾ ਨਹੀਂ ਵਿਛਾ ਲਿਆ ਚਾਦਰ ਉੱਤੇ ਪਾ ਕੇ ਤੇ ਨਾਂ ਨਾਂ ਕਰ ਗਿਆ ਚਿੱਟੀਆਂ ਕਲਾਈਆਂ ਚਿੱਟੀਆਂ ਕਲਾਈਆਂ ਵੇ ਚਿੱਟੀਆਂ ਕਲਾਈਆਂ ਵੇ ਤੇ ਬੱਚੀਆਂ ਝੋਲੀ ਚ ਆਈਆਂ ਜੇ ਚਿੱਟੀਆਂ ਕਲਾਈਆਂ ਵੇ ਇੱਕ ਰਾਤ ਵਸ ਲੈਂਦੀਆਂ ਇਹਦੀਆਂ ਪਰਜਾਈਆਂ ਚਿੱਟੀਆਂ 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 ਔਰ ਮੈਂ ਤਾਂ ਮੇਰੀ ਭੈਣਾਂ ਦਾ ਗਾਣਾ ਸੁਣਾਵਾਂ ਕਿਹੜਾ ਮੁਝੇ ਕਪੜੋਂ ਮੈਂ ਨਹੀਂ ਜੀਣਾ ਹੈ ਕਤਰਾ ਕਤਰਾ ਮੁਝੇ ਬਸ ਪੀਣਾ ਹੈ ਸਾਲੇ ਹੁੰਦਾ ਕਿੰਨਾ ਹੋਇਆ ਅੱਜ ਮੁਝੇ ਉਠਾ ਕੇ ਲੈ ਜਾਓ ਯਾਰੋ ਬੈਠ ਕੇ ਦੇ ਅੰਦਰ ਲੰਮੇ ਪਾਓ ਯਾਰੋ ਅਗੋਂ ਨਾ ਕੋਈ ਭੁੱਖ ਜਾਵੇ ਤੇ ਜੋ ਤੇਰਾ ਵਿਆਹ ਹੋਇਆ ਸੀ ਜਦੋਂ ਜੋ ਤੇਰੀ ਬੀਵੀ ਗਾ ਰਹੀ ਸੀ ਇਹਦੀ ਬੀਵੀ ਸੁਹਾਗ ਰਾਤ ਨੂੰ ਬਹਿ ਕੇ ਗਾ ਰਹੀ ਹੈ ਬਹੂ ਮੈਂ ਨਹੀਂ ਰਹਿਣਾ ਆਹਾ ਤੇਰੇ ਦਿਲ ਮੇ ਉਤਰਨਾ ਹੈ ਵੋ ਜੋ ਪਿਆਰ ਮੇ ਹੁੰਦਾ ਹੈ ਅੱਜ ਵਹੀ ਕਰਨਾ ਇਹ ਮਿਸਤਰੀ ਸਾਹਿਬ ਨੂੰ ਕੁਛ ਬਹਿ ਕੇ ਗਾ ਰਿਹਾ ਸੀ ਮੇਰੇ ਹਾਲਾਤ ਐਸੇ ਹੈ ਮੈਂ ਤੇ ਮੇਰੀ ਅੰਮੀ ਵਾਲਾ ਗਾਣਾ ਸੁਣਾਵਾਂ ਆ ਵੀ ਨਹੀਂ ਸਮਝਾ ਨਾਲੇ ਮੈਨੂੰ ਵੀ ਜਗਾ ਨਾ ਏ ਘੜੀ ਮੁੜੀ ਘੜੀ ਮੁੜੀ ਘੜੀ ਮੁੜੀ ਮੇਰੇ ਹੱਥ ਨੂੰ ਕਿਨਾ ਨਾ ਏ ਕੀ ਗੋਸ਼ ਗੋਸ਼ ਦੀ ਦਾਦੀ ਵਾਲਾ ਗਾਣਾ ਮੈਂ ਸੁਣਾਣਾ ਤੂੰ ਸੁਣਾ ਓ ਜਾਂਦਾ ਜੇ ਟੁਰਿਆ ਰੋਜ਼ ਜਿਹੜਾ ਲੱਗਦਾ ਜਾਂਦਾ ਸੀ ਲੇਕਿਨ ਇਹਦੀ ਖੁੱਫੀ ਕਮਾਲ ਸੀ ਉਹ ਕਿਹੜਾ ਉਹ ਗਾਂਦੀ ਏ ਕਰ ਸ਼ੁਕਰ ਪਰ ਹਵਾ ਤੇਰੇ ਉੱਤੇ ਮਾਰ ਗਈ ਨੇ ਦਸ ਕੜਾਈ ਪੰਜਾਬ ਵਿੱਚ ਜਿਹਨੇ ਮੇਰੀ ਓਏ ਬਾਸ ਕਰ ਗਏ ਇਹਦੀ ਅੰਮੀ ਵਾਲਾ ਗਾਣਾ ਤੋਂ ਮੈਂ ਸੁਣਾ ਕਿਹੜਾ ਓ ਟਾਂਗੇ ਵਾਲਾ ਫੇਰ ਮੰਗਦਾ ਪਹਿਲਾਂ ਲੈ ਗਿਆ ਇੱਥੋਂ ਵਾਰੀ ਲੰਘਦਾ ਪੱਤੀ ਜੀ ਵਾਰੀ ਫੇਰ ਮੰਗਦਾ ਓ ਟਾਂਗੇ ਵਾਲਾ ਮੰਗੋ ਕਰਦਾ ਆ ਕਰਦਾ ਸਾਜੀ ਆਪਣੀ ਭੈਣ ਵਾਲਾ ਸੁਣਾਓ ਕਿਹੜਾ ਪੁੱਛਦਾ ਹੈ ਉਹ ਕਹਿੰਦੀ ਏ ਸਈਆਂ ਮੈਂ ਤੇਰੀ ਜਾਂ
ਕਿਉਂ ਸੁਣਾਓ ਨਾ ਸਾਨੂੰ ਵੀਡੀਓ ਵਹਾਓ ਅੰਕਿਤ ਰਾਣਾ ਦੀ ਭੈਣ ਨੂੰ ਸੁਣਾਓ ਉਹ ਕੋਣ ਵੱਟ ਤੇਰੀ ਲੱਤਾਂ ਦੇ ਵਿਚਕਾਰ ਐ ਆਪਣਾ ਕਾਲੇ ਦੀ ਇੱਕ ਹੋਰ ਭੈਣ ਹੈ ਛੋਟੀ ਅੱਛਾ ਹਾਂ ਉਹਦਾ ਨਾਮ ਹੈ ਡੁਬਣਾ ਫੇਰ ਉਹ ਵੀ ਸਿੰਗਰ ਹੈ ਅੱਛਾ ਉਹਦਾ ਗਾਣਾ ਨਹੀਂ ਸੁਣਿਆ ਤੁਸੀਂ ਨਹੀਂ ਮੈਂ ਲੱਗਣੇ ਲੱਗੀ ਆਪਣੀ ਭੈਣ ਵਾਲਾ ਸੁਣਾ ਤੁਮਨੇ ਪਾਇਆ ਹੈ ਬੱਚੇ ਨਾ ਜਿਤਵਾ ਹੀ ਵਿਆਹ ਚ ਹੁੰਦੇ ਨੇ ਮੇਰੀ ਡਾਈ ਖਰਾਬ ਹੋ ਗਈ ਸਹੀ ਗੱਲ ਹੈ ਸਿਰ ਲੈਣਾ ਹੀ ਕਸਤੂਰੀ ਭਗਵਾਨ ਕਿਤੇ ਮੌਤ ਦੇ ਖੂਹ ਚ ਜਾਮਾ ਚਲਾਉਂਦਾ ਸੀ ਉਹ ਕਿਸੇ ਨੇ 100 ਰੁਪਇਆ ਫੜਾਇਆ ਸਾਰਾ ਜਾਮਾ ਹੀ ਬਾਹਰ ਲੈ ਗਿਆ ਖੂਹ ਦ੍ਰਿਸ਼ੀ ਖੁਸ਼ੀ ਹੋ ਗਈ ਨਹੀਂ ਤੁਸੀਂ ਅਪਸ਼ਿਆਂ ਦੀ ਫਿਲਮ ਵੇਖੀ ਉਹਦੇ ਚ ਹੁੰਦੇ ਨੇ ਤੁਹਾਡੇ ਵਿੱਚ ਤੁਸੀਂ ਕਿਤੇ ਜਾਂਦੇ ਹੋ ਤੇ ਵਾਪਸ ਆ ਜਾਂਦੇ ਉਹ ਕਿਹੜੀ ਜਗ੍ਹਾ ਕਿਉਂਕਿ ਉਸਤਾਦ ਦਾ ਮੂੰਹ ਪੱਟਾਂ ਚ ਬਿਹਤਰੀਨ ਜਾਂਦਾ ਤੁਸੀਂ ਵਾਪਸ ਫਿਲਮਾਂ ਚ ਕੰਮ ਕਰਦੇ ਹੋ ਬੀਬੀ ਜੀ ਹਾਂਜੀ ਜੋ ਫਿਲਮਾਂ ਚ ਹੁੰਦਾ ਸੀ ਗਰੀਬ ਬੰਦੇ ਆ ਮਜ਼ਦੂਰ ਕਦੀ ਗਏ ਤੇ ਨਹੀਂ ਇਹ ਜਿਹੜੀ ਗੋਲੀ ਵੱਜਦੀ ਹੈ ਫਿਲਮਾਂ ਚ ਬੰਦਾ ਮਰ ਜਾਂਦਾ ਸੱਚ ਹੁੰਦਾ ਝੂਠ ਹੁੰਦਾ ਸੱਚ ਸੱਚ ਹੁੰਦਾ ਤਾਂ ਹੀ ਤੇਰੀ ਅੰਮੀ ਬਾਹਰ ਖਤਮ ਦੁਆ ਦੁਆ ਮਰਨ ਵਾਲੀ ਹੋਈ ਬੜੇ ਨੈਸ ਬੱਚੇ ਹੋ ਤੁਸੀਂ ਸਵਾ ਸੰਗਲ ਲੈ ਕੇ ਬੱਸ ਚ ਵੜ ਗਏ ਕਿਉਂ ਕਹਿੰਦਾ ਮੇਰੀ ਮਦਦ ਕਰੋ ਮੈਂ ਮਾਚ ਲੈ ਮੈਂ ਇਹਨਾਂ ਦੇ ਘਰ ਵੜ ਕੇ ਕਹਿਤਾ ਸੀ ਮੇਰੀ ਮਦਦ ਵੀ ਨਾ ਕਰੋ ਮੈਂ ਤੇਰੀ ਭੈਣ ਲੈਣੀ ਦੇਤੀ ਅੱਛਾ ਦੇਖੋ ਜੀ ਮੈਂ ਬਹੁਤ ਬਹੁਤ ਪਿਆਰੀ ਉਰਦੂ ਬੋਲਤੀ ਹਾਂ ਥੈਂਕ ਯੂ ਆਪਕੇ ਬਾਲ ਬਹੁਤ ਪਿਆਰੇ ਹੈ ਓ ਥੈਂਕ ਆਪਕੇ ਹੋਂਠ ਬਹੁਤ ਪਿਆਰੇ ਹੈ ਓ ਲਵਲੀ ਉਧਰ ਦੇਖੇ ਜੀ ਆਪਕੀ ਕਾਂਡ ਬਹੁਤ ਪਿਆਰੀ ਹੈ ਹੁੰਦਾ ਹੁੰਦਾ ਲੋਕਾਂ ਦੇ ਘਰ ਤਬਾਹ ਕਰਕੇ ਤੇ ਆਪਣਾ ਬਣਾਉਣ ਤੋਂ ਵੀ ਕੀ ਬਾਤ ਕਰਦੀ ਆਪਨੇ ਚਲੋ ਮੈਂ ਵਾਪਸ ਲੈ ਲੈ ਮੇਰੀ ਬਾਤ ਸੁਣੇ ਹਾਂਜੀ ਮੈਂ ਜੋ ਮੇਰਾ ਘਰ ਪਹਿਲਾਂ ਨਾ ਉਸ ਦਾ ਗਿਰਾਜ ਛੋਟਾ ਵਾਹ ਕਿ ਮੇਰੀ ਗਾੜੀ ਜੋ ਹੈ ਨਾ ਉਹ ਬਹੁਤ ਬੜੀ ਹੈ ਮਿਸਤਰੀ ਸਾਹਿਬ ਮੇਰੀ ਗਾੜੀ ਬਹੁਤ ਬੜੀ ਹੈ ਐਸੀ ਬਹੁਤ ਵੱਡੀ ਤੁਹਾਡੀ ਗਾੜੀ ਉਹ ਵਾਹ ਤੁਮੀ ਨਹੀਂ ਜਾਂਦੀ ਨਾ ਇੱਥੇ ਕਰਮਾਲਾ ਵੱਡਾ ਲੱਗਣਾ
ਗੱਡੀ ਆਰਾਮ ਨਾਲ ਵੜ ਜੇ। ਹਾਂਜੀ ਮੈਂ ਆਪਣਾ ਕਾਰ ਬਿਹਤਰ ਬਣਾਉਣਾ ਚਾਹੁੰਦੀ, ਮੈਨੂੰ ਪਤਾ ਲੱਗਿਆ ਤੇ ਮਿਸਤਰੀ ਲੱਗੇ ਨੇ। ਬੜਾ ਕਾਰੀਗਰ ਜੀ। ਓਏ ਮੇਰਾ ਕੰਮ ਹੈ ਤੇ ਸਿੱਧ ਚ ਮੇਰੇ ਮਿਸਤਰੀ ਦਾ ਨਾਮ ਹੈ। ਅੱਛਾ ਲੋਕੀ ਤੇ ਚਿਨਾਈ ਕਰਦੇ ਨੇ ਨਾ। ਹਾਂਜੀ ਉਸਤਾਦ ਚਟਾਈ ਕਰਦਾ ਹੈ। ਓਏ ਰਗੜਾਈ ਯਾਰ ਰਗੜਾਈ। ਬਤਾਲੀ ਬਤਾਲੀ ਰੁਪਈਏ ਫੁੱਟ ਅੰਨੀ ਮਾਂ ਦੇ ਆ ਬੱਚਿਆ। ਅੱਛਾ ਚੌਥੀ ਤਰਾਸ ਇਸੇ ਗੱਲ ਤੋਂ ਤੇਰੀ ਵਜ੍ਹਾ ਤੋਂ ਲਈ ਹੈ ਜਿਸ ਕੰਮ ਤੇ ਜਾਈਦਾ। ਨਹੀਂ ਗੱਲ ਸੁਣੋ ਤੁਸੀਂ ਮਿਸਤਰੀ ਹੋ? ਨਹੀਂ ਯਾਰ ਫਲਾ ਮੈਂ ਤਾਂ ਮੈਨੇਜਰ ਹਾਂ। ਅੱਖਾਂ ਚੁੱਕ ਰਹੇ ਆ ਤੁਹਾਡੇ। ਤੁਸੀਂ ਮੈਨੂੰ ਕੰਮ ਸਿਖਾ ਦਿਓ, ਮੈਂ ਤੁਹਾਡੇ ਕੋਲ ਸ਼ੁਕਰ ਜਿੰਨੇ ਪੈਸੇ ਕਹੋਗੇ ਮੈਂ ਤੁਹਾਨੂੰ ਦੇਵਾਂਗੀ। ਮੈਨੂੰ ਕੰਮ ਸਿਖਾ ਦਿਓ, ਮੈਂ ਆਪਣਾ ਕੰਮ ਆਪਣੇ ਹੱਥੀਂ ਬਣਾਉਣਾ, ਮੈਨੂੰ ਇੱਕ ਲਾਣਾ ਸਿਖਾ। ਤੈਨੂੰ ਸਿਖਾ ਦੇ ਨਾ ਮੈਂ ਇੱਥੇ ਦਵਾਂਗਾ। ਆ ਪੁੱਤਰੇ ਨੂੰ ਉੱਥੇ ਚੜ ਓਏ। ਅੱਛਾ ਹਾਏ ਮੈਂ ਕਦੀ ਉੱਤੇ ਨਹੀਂ ਗਈ। ਹੈ ਜਦੋਂ ਸਤਾਨੀ ਨੇ ਵੀ ਉੱਤੇ ਜਾਣਾ ਹੋਇਆ ਅਸੀਂ ਚੜਨੇ ਆ। ਉਹ ਮੈਂ ਕਦੀ ਉੱਪਰ ਨਹੀਂ ਚੜਦੀ। ਬੱਲੇ ਓਏ ਇਹ ਜੀ ਪਹਿਲੇ ਕਹਦੀ ਉਹ ਮੈਂ ਨਹੀਂ ਚੜਦੀ ਮੈਂ ਨਹੀਂ ਚੜਦੀ। ਥੋੜਾ ਜਿਹਾ ਇਸਰਾਰ ਕਰੋ ਤਾਂ ਫਿਰ ਕਹਿੰਦੀਆਂ ਉਹ ਤੁਹਾਡੇ ਪਿਆਰ ਦੀ ਖਾਤਰ ਚੜਨ ਲੱਗੀ ਜੀ। ਓਕੇ ਉੱਪਰ ਚੜਨਾ ਪੜੇਗਾ। ਹਾਂ ਹੈ ਕੰਜੂ ਉੱਪਰ ਚੜਨਾ ਪੜਦਾ ਹੈ। ਤੂੰ ਮੇਰਾ ਜੂਤਾ ਉਤਾਰ। ਹੈ ਕਿਉਂ ਨਹੀਂ ਜੂਤਾ ਉਤਾਰੇ? ਅੱਜ ਤੋਂ ਤੇਰੇ ਸਾਡੇ ਭਾਂਡੇ ਵੱਖੋ ਵੱਖ ਨੇ। ਕੀ ਹੋਇਆ ਬੰਦਾ ਮਾਂ ਦੇ ਵੀ ਤਾਂ ਪੈਰ ਚੁੰਮ ਹੀ ਲੈਂਦਾ। ਆ ਪੁੱਤਰੇ ਮਾਂ ਨੇ ਨਾ ਹਾਂ ਆ ਤੁਹਾਡਾ ਪਿਓ ਜੇ ਤੇ ਅੰਮੀ ਚੜੋ ਫੜਾਫੜ ਚੁੰਮਣ ਦੇ ਤੁਹਾਡੀ ਜੰਨਤ ਦੇ ਛੱਡ ਦੇ ਤੂੰ ਨਾ। ਹੈਲੋ ਪੈਸੇ ਕੱਢ। ਕਾਹਦੇ ਪੈਸੇ? ਸਾਡੇ ਮੁੰਡੇ ਨੇ ਬੋਲ ਨਹੀਂ ਲੱਗੇ। ਆ ਪਤਾ ਮੈਂ ਬੋਲ ਸਰ ਬਣਾ ਤੋੜੇ ਨੇ ਲੈ ਤੁਹਾਡੀ ਭੈਣ ਹੋਰ ਕਿਹੜੇ ਕਿਹੜੇ ਗੰਦ ਚ ਫਿਰ ਕੇ ਆਉਂਦੀ ਹੋ। ਭੈਣ ਦੀ ਜੇਬ ਦੀ ਸੇਬ ਤੂੰ ਟਰੱਕ ਚ ਚੜਾਈ ਨਹੀਂ। ਕੁੱਤੇ ਦਾ ਪੁੱਤਰ ਉਦੋਂ ਦੇ ਨੈਨਕ ਚ ਵੇਖਣ ਡਿਆ ਸੀ।
ਖਾਣੇ ਕੇ ਲਿਏ ਯੇ ਚਪਟੀ ਹੋਤੀ ਹੈ ਯੇ ਕਰਮਾਲਾ ਹੈ ਹਾਂ ਹਾਂ ਇਹ ਜਿਹੜੀ ਤੁਹਾਡੇ ਹੱਥ 'ਚ ਨਾ ਕੰਧਾਂ ਵਾਲੀ ਅੱਛਾ ਜਿਹੜੀ ਤੁਹਾਡੇ ਨਾਲ ਖਲੋਤੀ ਹੈ ਫਲਸ਼ਾਂ ਵਾਲੀ ਅੱਛਾ ਤੋ ਕਿਸ ਦਾ ਨਾਮ ਹੈ ਨਹੀਂ ਨਹੀਂ ਇਹ ਤਾਂ ਕੁਝ ਵੀ ਨਹੀਂ ਹੈਗਾ ਹੈ ਜੀ ਯੇ ਕੀ ਹੈ ਇਹ ਤੇ ਹੁੰਦਾ ਜੇ ਅਸਲ ਕੰਧ ਦੀ ਚਮਕ ਕੱਢਣਾ ਅੱਛਾ ਮੈਂ ਉੱਪਰ ਚੜ ਜਾਉ ਹਾਂ ਜੀ ਚਲੋ ਮੈਂ ਇਹ ਕੀ ਹੈ ਇਹ ਇਹ ਵੀ ਲੋੜ ਪੈਂਦੀ ਹੈ ਕਿ ਪਾਣੀ ਚੂਸਦਾ ਹੈ ਕੀ ਕਰਨ ਦੇ ਬੀਬੀ ਜੀ ਇੱਥੋਂ ਤੇ ਛਿੱਤਰ ਵੀ ਡਾਕਟਰ ਮਜ਼ਾ ਲੈ ਕੇ ਕੱਢੇਗਾ ਹੈਲੋ ਹੈਲੋ ਉਹ ਰਾਤ ਦਾ ਵੱਡਾ ਮੈਂ ਖਰਾਬ ਹੈ ਛੋਟੇ ਨਾਲ ਗੱਲ ਕਰ ਲਓ ਚਲੋ ਉੱਥੇ ਤੈਨੂੰ ਕੰਮ ਅੰਨਾ ਜਾ ਕੇ ਕੰਮ ਸਿਖਾਏਗੀ ਹਾਂ ਪੁੱਤਰ ਕੀ ਥੱਲੇ ਭਲਾ ਮਿਸਤਰੀ ਜੀ ਮੈਂ ਤੁਹਾਡਾ ਮੂੰਹ ਵੇਖ ਲਿਆ ਚੱਲ ਬਾਕੀ ਦਾ ਮੈਂ ਅੰਦਰ ਜਾ ਕੇ ਵੇਖ ਲੈਂਦਾ ਮੈਂ ਸ਼ੀਸ਼ਾ ਵੇਖਣਾ ਚੱਲ ਚੱਲ ਕੰਮ ਕਰ ਜਾ ਕੇ ਦੁਆ ਕਰਨਾ ਬਚ ਗਿਆ ਤੇ ਵਲੀਮਾ ਨਹੀਂ ਤੇ ਕੁਲੀਮਾ ਤੇ ਹੈ ਪੁੱਤਰ ਪਈਆਂ ਦਾ ਤੇਲ ਫੜ ਅਫਸੋਸ ਤੇ ਤੁਹਾਨੂੰ ਵੇਖ ਕੇ ਮੈਨੂੰ ਇੰਨਾ ਹੋਇਆ ਉਹ ਇੰਨੀ ਸਖਤ ਮਿਹਨਤ ਮਜ਼ਦੂਰੀ ਕਰਕੇ ਵੀ ਥੋੜ੍ਹੀ ਜਿਹੀ ਬੇਈਮਾਨੀ ਕਰਕੇ ਰਿਸਕੇ ਹਲਾਲ ਨੂੰ ਰਿਸਕੇ ਹਰਾਮ ਕਰ ਲੈਂਦੇ ਹੋ ਆਪਣੇ ਬੱਚਿਆਂ ਨੂੰ ਕਿਉਂ ਰਿਸਕੇ ਹਰਾਮ ਖਵਾਉਂਦੇ ਹੋ ਉਹ ਕਦੀ ਤੁਸੀਂ ਸੋਚਿਆ ਕਿ ਤੁਹਾਡੇ ਮਿਸਤਰੀਆਂ ਦੀ ਪੂਰੀ ਕਿਉਂ ਨਹੀਂ ਪੈਂਦੀ ਸਿਰਫ ਇਹੀ ਵਜ੍ਹਾ ਕਿ ਤੁਸੀਂ ਬੇਈਮਾਨ ਬਿਲਕੁਲ ਸਹੀ ਕਹਿੰਦੇ ਹੋ ਸਿਰ ਸਾਹਿਬ ਅੱਜ ਤੇ ਤੁਸੀਂ ਗੱਲਾਂ ਕਰਕੇ ਤੇ ਸਾਡਾ ਜ਼ਮੀਰ ਹੀ ਝੰਜੋੜ ਦਿੱਤਾ ਜੀ ਬਿਲਕੁਲ ਠੀਕ ਕਹਿੰਦੇ ਹੋ ਜੇ ਅਗਰ ਅਸੀਂ ਬੇਈਮਾਨੀ ਨਾ ਕਰੀਏ ਕੰਮ ਦੇ ਵਿੱਚ ਤੇ ਸਾਡੇ ਬੱਚੇ ਬਿਮਾਰ ਨਾ ਹੋਣ ਸਾਡੇ 'ਤੇ ਤੰਗੀ ਨਾ ਆਵੇ ਅਸੀਂ ਇੱਕ ਝੂਠ ਛੱਡ ਦਈਏ ਅਤੇ ਅੱਲਾ ਦੀ ਮਿਹਰਬਾਨੀ ਨਾਲ ਅਸੀਂ ਕੀ ਪੂਰੀ ਕੌਮ ਹੀ ਤਰੱਕੀ ਕਰ ਸਕਦੀ ਹੈ ਸਾਨੂੰ ਮਾਫ਼ ਕਰ ਦਿਓ ਅਤੇ ਮਕਾਨ ਨਾ ਵੇਚੋ 5 ਸਾਲ ਤੱਕ ਕੰਮ ਮੁੱਕ ਜਾਏਗਾ 5 ਸਾਲ